ਜਿਹੜੇ ਸਾਡੇ ਬੱਚੇ ਨੇ ਉਹੀ ਸਾਡਾ ਭਵਿੱਖ ਨੇ, ਉਹੀ ਸਮਾਜ ਦਾ ਭਵਿੱਖ ਨੇ। ਔਰ ਮੈਂ ਅੱਜ ਛਾਜਲੀ ਦੀ ਇਸ ਪਵਿੱਤਰ ਧਰਤੀ ਤੇ ਆਇਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਮੈਂ ਆਉਣਾ ਤਾਂ 4 ਵਜੇ ਸੀ, ਲੇਕਿਨ ਮੁਕਤਸਰ ਵਿਖੇ ਇੱਕ ਕਾਲਜ ਦਾ ਫੰਕਸ਼ਨ ਹੈ ਜਿੱਥੇ CM ਸਾਹਿਬ ਦਾ ਹੁਕਮ ਸੀ ਕਿ ਮੈਨੂੰ ਜਾਣਾ ਪੈਣਾ, ਔਰ ਇਸ ਲਈ ਮੈਨੂੰ ਜਲਦੀ ਆਇਆ, ਉਹਦੇ ਲਈ ਵੀ ਮੈਂ ਮਾਫੀ ਚਾਹੁੰਦਾ। ਅੰਤ ਵਿੱਚ ਜਿੱਥੇ ਮੈਂ ਤੁਹਾਨੂੰ ਵਧਾਈ ਦਿੰਦਾ, ਕਲੱਬ ਨੂੰ ਆਪਣੇ ਇਖਤਿਆਰੀ ਫੰਡ 'ਚੋਂ 1 ਲੱਖ ਰੁਪਏ ਦਾ ਚੈੱਕ ਭੇਜੂੰਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬੂ ਪ੍ਰਕਾਸ਼ ਚੰਦ ਜੀ ਗਰਗ, ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ। ਖੇਡ ਮੈਦਾਨ ਦੇ ਵਿੱਚ ਬਹੁਤ ਤਕੜਾ ਮੈਚ ਜਿਹੜਾ ਸ਼ੁਰੂ ਹੋ ਚੁੱਕਾ ਹੈ ਫਾਈਨਲ। ਮੈਂ ਬੇਨਤੀ ਕਰਦਾ ਹਮੀਰਗੜ੍ਹ ਵਰਸਜ SGPC ਫਤਿਹਗੜ੍ਹ ਸਾਹਿਬ, ਹਮੀਰਗੜ੍ਹ ਵਰਸਜ SGPC ਫਤਿਹਗੜ੍ਹ ਸਾਹਿਬ ਦੀਆਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ। ਆਲ ਓਪਨ ਦਾ ਪਹਿਲਾ ਮੈਚ ਖੇਡਿਆ ਜਾਣਾ ਹੈ ਹਮੀਰਗੜ੍ਹ ਵਰਸਜ ਫਤਿਹਗੜ੍ਹ ਸਾਹਿਬ। ਹਾਂਜੀ, ਅਸੀਂ ਧੰਨਵਾਦ ਕਰਦੇ ਹਾਂ ਬਾਬੂ ਪ੍ਰਕਾਸ਼ ਚੰਦ ਜੀ ਗਰਗ ਜੀ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਰਾਸ਼ੀ ਦੇ ਕੇ ਸਨਮਾਨ ਦਿੱਤਾ ਹੈ। ਅਸੀਂ ਇਹਨਾਂ ਜੀਆਂ ਆਖਦੇ ਹਾਂ, ਵੈਲਕਮ ਕਰਦੇ ਹਾਂ। ਹੁਣ ਸਾਡੇ ਸਨਮਾਨ ਕਰਨਗੇ ਬਾਬੂ ਪ੍ਰਕਾਸ਼ ਚੰਦ ਜੀ ਗਰਗ ਸਰਦਾਰ ਕੁਲਵੰਤ ਸਿੰਘ ਜੀ ਕੋਟਲਾ ਜੀ ਨੂੰ। ਉਸ ਤੋਂ ਬਾਅਦ ਅੰਗਰੇਜ਼ ਸਿੰਘ ਜੀ ਬਿਰਕ ਸਾਹਿਬ, ਉਹ ਵੀ ਸਟੇਜ 'ਤੇ ਆ ਜਾਣ ਨਾਲ ਜਗਤਾਰ ਜੱਗੀ, ਜੱਗੀ ਮੱਖਣ ਜੀ ਗੁਪਤਾ, ਉਸ ਤੋਂ ਨਾਲ ਅਮਿਤ ਜੀ ਕਰਾਉਣ ਕੋਪਰੇਟ ਸੋਸਾਇਟੀ ਤੋਂ, ਉਹ ਵੀ ਆ ਜਾਣ। ਵਾਹ ਜੀ ਵਾਹ, ਇਹ ਆ ਲਾਡੀ ਪੁਆਇੰਟ ਜੀ ਨੇ ਹੁਣ ਜੋੜਿਆ ਸ਼ਾਜਲੀ ਦੀ ਟੀਮ ਦੇ ਵਾਸਤੇ। ਪਹਿਲਾ ਮੈਚ ਹਮੀਰਗੜ੍ਹ ਵਰਸਜ SGPC ਫਤਿਹਗੜ੍ਹ ਸਾਹਿਬ, ਦੂਸਰਾ ਮੈਚ ਕਪਿਆਲ ਵਰਸ ਮਾਜਬਾ ਕਲੱਬ ਜਖੇਪਲ, ਤੀਜਾ ਮੈਚ ਧੰਨ ਧੰਨ ਬਾਬਾ ਸਿੰਘ ਸ਼ਹੀਦ ਜੀ ਕਬੱਡੀ ਅਕੈਡਮੀ ਸ਼ੇਰਗੜ੍ਹ ਚੀਮਾ ਵਰਸਜ ਸੰਤ ਬਾਬਾ ਹਰਨਾਮ ਦਾਸ ਜੰਗੀਆਂ, ਕਬੱਡੀ ਵਾਈਫਾਈ ਬਸੀਆਂ ਤੇ ਸੋਨੀਪਤ ਹਰਿਆਣਾ, ਜੱਗੀ ਜਗਤਾਰ ਸਿੰਘ ਜੀ। ਹਾਂਜੀ, ਛਾਜਲੀ ਦੀ ਟੀਮ ਫਸਟ ਹੈ ਜੀ 54 ਕਿਲੋ ਦੇ ਵਿੱਚੋਂ, ਦੁੱਬਲ ਹਰਿਆਣਾ ਦੀ ਟੀਮ ਸੈਕੰਡ ਹੈ। ਛਾਜਲੀ ਦੀ ਟੀਮ ਫਸਟ ਹੈ, ਬੱਚਾ ਟੱਪ ਕਰੇਗਾ, ਇਸ ਬੱਚੇ ਦਾ ਵੱਧ ਤੋਂ ਵੱਧ ਮਾਣ ਸਨਮਾਨ ਕਰਨਾ ਹੈ। ਹਮੀਰਗੜ੍ਹ ਵਰਸਜ SGPC, ਇਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪੁੱਜੀਆਂ ਕਿਉਂਕਿ 12:30 ਵਜੇ ਦਾ ਟਾਈਮ ਸੀ। ਗਰਾਊਂਡ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਪਟਿਆਲਾ ਬ੍ਰਾਂਚ ਮੈਨੇਜਰ ਅਮਿਤ ਜੀ, ਆ ਉਧਰ ਸਾਡੇ ਕਰਾਊਨ ਗਰੁੱਪ ਦਾ ਵੱਡਾ ਮਾਣ ਕਬੱਡੀ ਕੱਪ ਦੇ ਵਾਸਤੇ ਜੀ, ਸਾਡੇ ਡਾਕਟਰ ਵਾਰੂ ਸੈਣੀ ਜੀ ਵੱਲੋਂ 500 ਰੁਪਇਆ ਛਾਜਲੀ ਦੀ ਟੀਮ ਨੂੰ ਆ ਕੇ ਲੈ ਜਾਣ, ਮੈਥੋਂ ਛਾਜਲੀ ਵਾਲੇ ਖਿਡਾਰੀ ਜਨਰਲ ਸੈਕਟਰੀ ਪੰਜਾਬ, 100 ਰੁਪਇਆ ਜਗਤਾਰ ਸਿੰਘ ਜੀ ਤਾਰਾ ਵੱਲੋਂ ਜੱਗੀ ਛਾਜਲੀ ਦੀ ਟੀਮ ਨੂੰ, 100 ਰੁਪਇਆ ਜਗਤਾਰ ਸਿੰਘ ਜੀ ਤਾਰਾ ਵੱਲੋਂ ਤੇ ਡਾਕਟਰ ਵਾਰੂ ਸੈਣੀ ਵੱਲੋਂ ਛਾਜਲੀ ਦੀ ਟੀਮ ਨੂੰ 500 ਰੁਪਇਆ। ਸੋ ਸਾਡੇ ਇਸ ਕਲੱਬ ਦੀ ਟੀਮ ਗੁਪਤਾ ਜੀ, ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ, ਸੋ ਉਧਰ ਮਾਨ ਸਨਮਾਨ ਹੋ ਰਿਹਾ। ਹਣੀ ਦਾਤੇਵਾਸ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਤੇ ਆ ਜਾਣ। ਹਣੀ ਦਾਤੇਵਾਸ ਜੀ, ਜੱਗੀ ਜਗਜੀਤ ਜੱਗੀ ਪਟਿਆਲੇ ਤੋਂ, ਜਗਜੀਤ ਜੱਗੀ ਪਟਿਆਲੇ ਤੋਂ, ਇੱਕ ਮਿੰਟ, ਹਣੀ ਨੂੰ ਅਸੀਂ ਬੇਨਤੀ ਕਰਦੇ ਜਲਦੀ ਸਟੇਜ ਤੇ ਆ ਜੇ, ਸਿਰਫ 2 ਮਿੰਟ ਨੇ ਦੋਨੋਂ ਟੀਮਾਂ ਦੇ ਵਾਸਤੇ। ਹਮੀਰਗੜ੍ਹ ਤੇ SGPC ਬਾਬੂ ਪ੍ਰਕਾਸ਼ ਚੰਦ ਜੀ ਗਰਗ ਜੀ ਦਾ ਕਲੱਬ ਵੱਲੋਂ ਬਾਬੂ ਪ੍ਰਕਾਸ਼ ਚੰਦ ਗਰਗ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਹਣੀ ਸਿੰਘ ਦਾਤੇਵਾਸ ਤੋਂ ਇਹਨਾਂ ਨੂੰ ਸਨਮਾਨ ਕਰਨਗੇ, ਹਣੀ ਨੂੰ ਸਨਮਾਨ ਦਵਾ ਦਿਓ। 64 ਕਿਲੋ ਦੀਆਂ ਫਸਟ ਤੇ ਸੈਕੰਡ ਸਟੇਜ ਤੇ ਆ ਜਾਣ ਬਾਈ, 64 ਕਿਲੋ ਦੀਆਂ ਫਸਟ ਤੇ ਸੈਕੰਡ ਕਿਹੜੀ ਕਿਹੜੀਆਂ ਨੇ ਬਾਈ ਜੀ? ਫਸਟ ਟੀਮ ਛਾਜਲੀ ਹੈ, ਸੈਕੰਡ ਦੁੱਬਲ ਹਰਿਆਣੇ ਦੀ ਹੈ। ਇੱਕ ਇੱਕ ਪਲੇਅਰ ਜੀ,
एक एक प्लेयर कृपा करके स्टेज पे आ जाए, छाजली का एक प्लेयर ते एक सेकंड टीम का। साढ़े बारह बजे का टाइम सी, आल दे मैचों का कोच साहबा नोट कर, एक तो उपर जिहड़ा समा हो चुका हमीरगढ़ ते एजीपीसी दीआं टीमां जल्दी ग्राउंड दे पुज जाण। पहले मैच दे वास्ते नाल ही उधर बच्चे ने करतब किया सी, दर्शकों की कचहरी दे विच पुजेगा। एक आ भाई आया होया सरबजीत शाड़ वाला, कई अपना हुक्म चला तुर गए। फर्स्ट ते सैकंड टीम भेजो भाई जी, बल्ला मारिया फर्स्ट ते सैकंड धर भाई जी, छाजली वारस जे दुब्बल आओ भाई आओ। छाजली दी टीम फर्स्ट है, दुब्बल दी टीम सैकंड है, भाई अपना प्राइज लै लवो। हमीरगढ़ वर्ष जे एजीपीसी दीआं टीमां जल्दी ग्राउंड दे विच पुज्जण। दुब्बल दी टीम नूं सन्मान कर रहे ने, सैकंड टीम है जी इह। आ इधरले पासे कुदरती करोपी का शिकार है इस वीर दा, वध तों वध मान सन्मान करने। आ ताड़ी मार दो वीरे दे वास्ते, क्योंकि कहिंदे हुंदे ने कई अपना हुक्म चला तुर गए, कई खुद नूं रब अखवा तुर गए, किस वेले किहड़े राह तुर गए कोई पता ना लगे। भाजी पता नहीं रब के रंगा विच राजी, छाजली टीम पता नहीं रब के रंगा विच राजी। इस बच्चे का वध तो वध मान सन्मान करने, क्योंकि पैसे ने कहिंदे नाल नहीं जाना, रिश्ते भाइयां दे नाल उहना तोड़िए जी, जिन्ना हो सकदे उहनू पा दईए, मंगता डर तो ना खाली मोड़िए जी। धर्मे हरियाऊ जे घर विच सुख चाहुंदे कर रहे ने, सदा भला सरबत दा लोड़िए जी, प्रकाश सदा भला सरबत दा लोड़िए जी। सो इस बच्चे का वध तो वध मान सन्मान करना, मैं बेनती करदा हमीरगढ़ वर्ष जो एसजीपीसी एनसी क्लब स्पोर्ट्स क्लब छाजली फर्स्ट नाम है जी, ताड़ियां भाई जी एक बारी छाजली दे नाम ते। वाह जी वाह, इन्नी कट जी बाज ते रखने वाले बोली चलांगे, कर दो बाज मारी भाई भाई। मैं बेनती करदा भाई हमीरगढ़ वर्ष जो एसजीपीसी दी टीमां जल्दी पुज जाण। बहुत बहुत धन्यवाद सिंगला साउंड लहरे वाले। हैलो, सो असी बहुत बहुत धन्यवाद करते हैं श्री प्रकाश चंद जी गर्ग मुख पार्लीमानी सकत्र, जिन्हां ने अपने कीमती समय से समा कढ के साडे अज दे इस टूरनामेंट की रौनक नूं चार चन्न लाए है, जिन्हां भी साडा मान सन्मान करके गए है। असी साडे बीएमसी क्लब छाजली वालों दिल दिया गहराइया चो जी आया आखते हैं, जिन्हें साडे क्लब नूं माण दे के गए 2 लाख रुपए का, असी बहुत ही धन्नवादी हाँ। साडे बाबू प्रकाश चंद जी गर्ग मुख पार्लीमानी सकत्र, जिन्हें ने अपने कीमती समय चो समा कढ के साडे अज दी इस टूरनामेंट की रौनक बताया है। सो बहुत बहुत धन्नवाद जी ग्राउंड तो, धर्मा हरियाऊ जी ग्राउंड तो। हमीरगढ़ वर्ष च एसजीपीसी दीआं टीमां जल्दी पुज्जियां, हमीरगढ़ वर्ष च हमीरगढ़ वर्ष च एसजीपीसी दोनों टीमां जल्दी ग्राउंड दे विच पुज्जियां, क्योंकि समय जिहड़ा बहुत हो चुका है। हमीरगढ़ वर्ष च एसजीपीसी ए टीमां जल्दी ग्राउंड दे विच पुज्जण। दूजा मैच शेरगढ़ चीमा ते जंगियाणा, ए टीमां भी बिल्कुल तैयार रहणगियां, शेरगढ़ चीमा ते जंगियाणा। तीजा मैच कपियाल वर्ष च मालवा क्लब मोगा। हमीरगढ़ वर्ष ज एसजीपीसी हमीरगढ़ वर्ष एसजीपीसी दी टीमां साढ़े बहुत ही सत्कारयोग एच सी कमलजीत सिंह जी, जो पहला थाना छाजली विच सेवा निभा के गए ने, साडे दरम्यान पहुंचे ने, असीं बहुत ही धन्नवाद करदे बीएमसी क्लब छाजली वालों। सरदार कमलजीत सिंह जी एच सी थाणा छाजली दे विच जो सेवावां निभा के गए ने, बहुत बहुत धन्नवाद जी साडे ग्राउंड तो, वीर धर्मा हरियाऊ जी ग्राउंड तो जी। एसजीपीसी वर्ष च हमीरगढ़, एसजीपीसी फतेहगढ़ साहब वर्ष च हमीरगढ़। ये टीमां दे खिडारी ध्यान देण, ग्राउंड खाली है, क्योंकि उद्दू बाद गुरदास मान की गल होनी है।
इधर साडा हैंडीकैप वीर गेड़ा ला रहे है, इस वीर का ही बातों बात मान करो जी। उधर साडे दलवीर रामपुरा जी कबड्डी कोच, वह भी साढ़े दरम्यान पहुंच चुके हैं, उन्हों का भी बहुत बहुत धन्यवाद है जी। साढ़े डॉक्टर लक्की जी मेहर मैडी कोच वाले भी साढ़े दरम्यान ने, उन्होंने बहुत बहुत धन्यवाद। हमीरगढ़ वर्ष ज एस जी पी सी साढ़े दलवीर सिंह जी रामपुरे वाले कोच साहब और नाली मेजर सिंह जी सहेड़ी कोच साहब अपन टीम लैके जल्दी ग्राउंड के पुजन। हेलो, एक निंदी पटियाला जी एक आवाज सुन दे, मैं कदे तो जेब च नहीं पड़ा वीर बन के, मैं कते माड़ा जा काठी ना पाया करो भाई। निंदी पटियाला जी जे कि आवाज सुन दे, मैं कदे जी तुहाडे कोले जिम्मेवारियां बहुत ने, मैक वाली तो असं है भकाई मारन वास्ते बहुत ज्यादा। हमीरगढ़ वर्ष जो एस जी पी सी दीआं टीमां जल्दी ग्राउंड दे विच पुज्जण। हमीरगढ़ वर्ष जो एस जी पी सी दीआं टीमां जल्दी ग्राउंड दे विच पुज्जियां। यह गीत दर्शक भीर अज शाम 7 बजे जलंधर दूरदर्शन से भी वीडियो आएगी, जलंधर दूरदर्शन से शाम 7 बजे। इधर गुरदास मान की गल होनी है बई, आल ओपन वाले खिलाड़ियों ध्यान दो, क्योंकि जिन्ना आप टाइम नाल शुरू करांगे उन्ना ही साडे बहुत ही सत्कारयोग हैप्पी कनेडा जी नाल हैली कनेडा जी विशेष तौर पर पहुंच रहे हैं। नाल ही साडे वीर बौंसर भरावां वल्लों बेनती है भी पास ने जो जैकी दे जा रहे हैं, सारे वीर जो स्टेजा से बैठे ने अपने पास कृपा करके कढ़ के रखण, पास चैक हो रहे हैं। साडे बौंसर भरावां वल्लों बेनती है, क्लब के प्रधान हरविंदर सिंह जी काका दस रहे हैं भी जिहड़े पास ने चैक हो रहे हैं, सारे अपने अपने पास बाहर कढ़ के रखो जी। हाँ जी भाई जी, टीम जल्दी खेड मैदान के पुजियां। एस जी पी सी वर्ष ज हमीरगढ़ असी बार बार सदे दे रहे हैं, ग्राउंड खाली है, नाल ही अगले मैच दीआं टीमां बिल्कुल तैयार रहणगियां। शेरगढ़ चीमा वर्ष ज बाबा हरनाम दास जंगियाण, हमीरगढ़ वर्ष जो एस जी पी सी दीआं टीमां जल्दी खेड मैदान के पुजियां। आओ तो साडे क्लब के प्रधान हरविंदर सिंह जी काका, साडे वीर दलविंदर सिंह जी सोमा, कुलविंदर सिंह जी खेड प्रमोटर, श्री महेश बांसल जी सीनियर मीत प्रधान, दविंदर सिंह जी जनरल सकत्तर, जग्गी बेनड़ा जी, मनजीत सिंह कंबोज, जगतार तारा जी, गगनदीप सिंह जी खंगूड़ा, सरदार गुरव्यास सिंह जी, रामपाल सिंह जी, हरविंदर सिंह मंडेर, गुरतेज सिंह जी, बाबू सैणी जी, सरदार बिक्की लाहड़ जी, इकबाल लाहड़ जी, पाला काहल जी, सेबू सैणी जी, आओर वाली बलौर सिंह जी, संदीप छाजली जी, राजू काहल जी, श्री काला राम जी, बलजिंदर सिंह जी काहल, आओर वाली सतगुर कमान जी दड़वा कैला जिम वाला, जिन्हों वालों कहते बड़े माण कबड्डी कप के वास्ते भाई। कपियाल वर्ष ज एस जी पी सी दीआं टीमां जल्दी ग्राउंड के पुजन। आओ उधर साडे अमरजीत सिंह जी छाजली, हैलो, आओ नाली पंजाबी ट्रिब्यून तो पत्रकार अमरजीत सिंह जी छाजली, जसवीर लाडी जी नवा जवाना, पिंदरपाल जी भिंदी अकाली पत्रकार, आओ नाली साडे भीम सैन जी सच कहूं तो, कुलदीप शर्मा जी जिन्होंने अज मेन पेज पर गल की है, पूरी दुनिया के कहते भी खेड संसार से खबर लगी है। हमीरगढ़ वर्ष ज एस जी पी सी आ खिडारी भीरों देख लो तुहाडे लेट करके है, क्योंकि ग्राउंड खाली ना करो, क्योंकि ग्राउंड खाली है तो दर्शक भीर भावनावां भी ठेस पहुंचती है, क्योंकि दर्शक भीर। हैलो एक मिनट जी, जी नाम गुरविंदर कौर रंधावा, पिंड घाबदा कोठी, जिला संगरूर, उम्र 16 साल की बच्ची ग्राउंड के गेड़े लाऊगी। 6 मिनटों के बच्ची ने सरकारी प्राइमरी स्कूलों दी खेडों के भी पहला स्थान प्राप्त किया है। शेयर धियां वाजो ना लगन, दियाँ धियां का सत्कार करो, रब के काम के विघन पेगा, कदे धी ना मार दियो। हाँ जी, हमीरगढ़ वर्ष ज एस जी पी सी श्रोमणी गुरद्वारा प्रबंधक कमेटी हमीरगढ़ टीम जल्दी खेल मैदान के पुजियां। दर्शक भीरों माफ़ी चाहेंगे, पहले मैच के तो पत गया भी पहले राउंड थोड़ी दिक्कत आ जाती है। उधर ये लड़की ने भी ग्राउंड के गेड़े लाने ने, उधर 365.com के जरिए साडे वीर करमी कनेडा जी, अमर कनेडा जी, जग्गी कनेडा जी कहते भी अज दे कबड्डी कप के नज़ारे लै रहे हैं, उन्होंने नाल ही गुरदीप सिंह जी साढ़े बहुत ही सत्कारयोग वीर। मैं बेनती करता भी दोनों टीम जल्दी खेड मैदान के लैके आओ जी। हमीरगढ़ वर्ष ज एस जी पी सी दीम जल्दी ग्राउंड के लैके आओ। उधर क्राउन ग्रुप वाले वीर का बड़ा माण, क्योंकि काका प्रधान जी कहते पैसा हों बहुत को,
ਪਰ ਖਰਚਾ ਕੋਈ ਉਹ ਕਰ ਸਕਦਾ ਹੈ। ਸਾਡੇ ਵਿਚਕਾਰ ਸੰਜੀਵ ਕੋਟੜਾ ਜੀ ਤੇ ਰਾਜੂ ਕੋਟੜਾ ਜੀ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ ਜੀ। ਹਮੀਰਗੜ੍ਹ ਵਰਸ ਜਾਂ ਐਸ ਜੀ ਪੀ ਸੀ, ਹਮੀਰਗੜ੍ਹ ਵਰਸ ਜਾਂ ਐਸ ਜੀ ਪੀ ਸੀ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ। ਸਾਡੇ ਦਲਵੀਰ ਸਿੰਘ ਜੀ, ਇੱਧਰ ਹਮੀਰਗੜ੍ਹ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਰਹੀ ਹੈ। ਮੈਂ ਬੇਨਤੀ ਕਰਦਾ ਕਿ ਸਾਡੇ ਕੋਚ ਸਾਹਿਬ ਨੇ ਜੋ ਐਸ ਜੀ ਪੀ ਸੀ ਦੇ ਮੇਜਰ ਸਿੰਘ ਜੀ ਸਹਿੜੀ ਸਾਹਿਬ, ਉਹ ਵੀ ਟੀਮ ਲੈ ਕੇ ਉੱਧਰ। ਛੋਟੀ ਜਿਹੀ ਬੱਚੀ ਗੇੜੇ ਲਾ ਰਹੀ ਹੈ, ਨਾਮ ਗੁਰਵਿੰਦਰ ਕੌਰ ਰੰਧਾਵਾ, ਪਿੰਡ ਘਾਬਦਾ ਕੋਠੀ ਜ਼ਿਲ੍ਹਾ ਸੰਗਰੂਰ, ਉਮਰ 16 ਸਾਲ ਦੀ ਬੱਚੀ, 1500 ਮੀਟਰ ਰੇਸ ਲਗਾਏਗੀ। ਸ਼ੇਅਰ ਧੀਆਂ ਵਾਜਣਾ ਲੱਗਣ, ਧੀਆਂ ਧੀਆਂ ਦਾ ਸਤਿਕਾਰ ਕਰੋ, ਰੱਬ ਦੇ ਕੰਮ ਦੇ ਵਿੱਚ ਵਿਘਨ ਪਊਗਾ, ਕਦੇ ਧੀ ਨਾ ਮਾਰ ਦਿਓ। ਅਸੀਂ ਗੱਲ ਬਾਈ ਆ ਜਾਓ ਬਾਈ ਜੀ, ਹਮੀਰਗੜ੍ਹ ਦੀ ਟੀਮ ਗਰਾਊਂਡ ਦੇ ਵਿੱਚ ਪ੍ਰਵੇਸ਼ ਕਰ ਰਹੀ ਹੈ। ਆ ਉੱਧਰ ਸਾਡੇ ਗੋਬਿੰਦ ਕਾਹਲ ਜੀ, ਔਰ ਨਾਲ ਹੀ ਸਾਡੇ ਸਤਿਗੁਰ ਸਿੰਘ ਜੀ ਛਾਜਲੀ, ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦਰਸ਼ਨ ਸਿੰਘ ਜੀ ਢੀਂਡਸਾ, ਦਲਵੀਰ ਸਿੰਘ ਜੀ, ਸੁਖਦੇਵ ਸਿੰਘ ਜੀ ਹਰਾਊ, ਔਰ ਸਾਡੇ ਸਤਨਾਮ ਸਿੰਘ ਜੀ ਬਿਰਕ ਸਾਹਿਬ ਜੋ ਕਿ ਪੀਏ ਨੇ ਜਥੇਦਾਰ ਤੇਜਾ ਸਿੰਘ ਜੀ ਕਮਾਲਪੁਰ ਦੇ, ਵਿਸ਼ੇਸ਼ ਤੌਰ ਤੇ ਧੰਨਵਾਦ ਬਾਈ। ਆ ਜਾਓ ਖਿਡਾਰੀ ਵੀਰੋ, ਹਮੀਰਗੜ੍ਹ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਰਹੀ ਹੈ। ਐਸ ਜੀ ਪੀ ਸੀ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਪੁੱਜ ਜਾਵੇ, ਐਸ ਜੀ ਪੀ ਸੀ ਦੀ ਟੀਮ ਵੀ ਗਰਾਊਂਡ ਦੇ ਵਿੱਚ ਪੁੱਜ ਰਹੀ ਹੈ। ਦਰਸ਼ਕ ਵੀਰੋ, ਪਹਿਲੇ ਮੈਚ ਦੇ ਵਾਸਤੇ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ। ਉੱਧਰ ਕਹਿੰਦੇ ਵੀ ਗੁਰਮੀਤ ਮੰਡੀਆਂ ਵਾਲੇ ਦਾ ਵੀਰ, ਦਲਜੀਤ ਨੰਗਲ ਛੜਬੜੀਆ, ਰਾਜੂ ਸ਼ਰਮਾ ਜੀ ਇੰਟਰਨੈਸ਼ਨਲ ਕਬੱਡੀ ਖਿਡਾਰੀ, ਉਹਨਾਂ ਦਾ ਵੀ ਸਨਮਾਨ ਹੋ ਰਿਹਾ। ਧਰਮਾ ਜੀ ਇੱਕ ਮਿੰਟ, ਰਾਜੂ ਸ਼ਰਮਾ ਜੀ ਇੰਟਰਨੈਸ਼ਨਲ ਕਬੱਡੀ ਖਿਡਾਰੀ, ਉਹਨਾਂ ਦਾ ਵੀ ਸਨਮਾਨ ਹੋ ਰਿਹਾ। ਨਾਲ ਹੀ ਛਾਜਲੀ ਦੀ ਫਸਟ ਹੈ ਜਿਹੜੀ ਟੀਮ 64 ਕਿਲੋ ਦੇ ਵਿੱਚ, ਉਹ ਵੀ ਆਪਣਾ ਪ੍ਰਾਈਜ਼ ਲੈ ਲਏ। ਜਿਹੜੀ ਸੈਕਿੰਡ ਟੀਮ ਹੈ ਉਹ ਵੀ ਆਪਣਾ ਪ੍ਰਾਈਜ਼ ਲੈ ਲਏ। ਇਹ ਨੋਟ ਕਰ ਲੈਣ ਜੀ, ਦੋਨੋਂ ਟੀਮਾਂ ਦੇ ਖਿਡਾਰੀ ਉਹ ਆਪਣਾ ਪ੍ਰਾਈਜ਼ ਲੈ ਲੈਣ। ਉੱਧਰ ਮਾਨਾ ਸਨਮਾਨਾਂ ਦੀ ਗੱਲ ਹੋ ਰਹੀ ਹੈ। ਠੀਕ ਹੈ ਜੀ, ਬਾਬਾ ਦੀਪ ਸਿੰਘ ਕਬੱਡੀ ਕਲੱਬ ਹਮੀਰਗੜ੍ਹ ਤੇ ਐਸ ਜੀ ਪੀ ਸੀ, ਔਰ ਇਸ ਮੈਚ ਤੋਂ ਪਹਿਲਾਂ ਬੱਚੀ ਨੇ ਚੰਦ ਲੈਣਾ ਬੋਲਣੀਆਂ ਨੇ। ਅਸੀਂ ਸਨਮਾਨ ਕਰਦੇ ਹਾਂ ਸਰਦਾਰ ਕੁਲਵੰਤ ਸਿੰਘ ਜੀ ਕੋਟੜਾ, ਜਿਨ੍ਹਾਂ ਨੇ ਬੀ ਐਮ ਸੀ ਸਪੋਰਟਸ ਕਲੱਬ ਛਾਜਲੀ ਨੂੰ 1,00,000 ਰੁਪਏ ਦਾ ਪਹਿਲਾ ਇਨਾਮ ਦੇ ਕੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਫਸਟ ਇਨਾਮ ਸਰਦਾਰ ਕੁਲਵੰਤ ਸਿੰਘ ਜੀ ਕੋਟੜਾ 1,00,000 ਰੁਪਏ ਦਾ ਇਨਾਮ ਜੋ ਫਸਟ ਇਨਾਮ ਹੈ ਉਹ ਬੀ ਐਮ ਸੀ ਕਲੱਬ ਸਪੋਰਟਸ ਕਲੱਬ ਨੂੰ ਦਿੱਤਾ ਹੈ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਮਨੀ ਗਿੱਲ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਸਟੇਜ 'ਤੇ ਆ ਜਾਏ, ਮੇਨ ਵੱਡੀ ਸਟੇਜ 'ਤੇ ਮਨੀ ਗਿੱਲ। ਆਹ ਗੁਰਵਿੰਦਰ ਕੌਰ ਰੰਧਾਵਾ ਦੇ ਵਾਸਤੇ 100 ਰੁਪਇਆ ਆ ਗਿਆ ਮੇਰੇ ਕੋਲ, ਬਹੁਤ ਬਹੁਤ ਧੰਨਵਾਦ। ਆਹ ਬੱਚੀ ਆਪਣਾ ਗੀਤ ਪੇਸ਼ ਕਰੇਗੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਧੀ ਹੈ ਇੱਕ ਅਜਿਹੀ ਦਇਆ ਜੋ ਬੰਦੀ ਵੀਰ ਨੂੰ ਰੱਖੜੀ। ਧੀ ਤੋਂ ਹੀ ਮਾਂ ਬਣ ਜਾਂਦੀ ਏ, ਨਾ ਰੋਸ਼ਨ ਜਗ ਤੇ ਕਰ ਜਾਂਦੀ ਏ। ਧੀ ਨਾ ਕਦੇ ਦੁਰਕਾਰੋ, ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਮਾਂ ਗੁਜਰੀ ਵੀ ਇੱਕ ਧੀ ਹੀ ਸੀ, ਦਿਲ ਵੱਡਾ ਕਰਕੇ ਪਰਿਵਾਰ ਦਿੱਤਾ ਵਾਰ ਸਾਰਾ। ਧੀ ਨੇ ਸੁਪਨੇ ਬੜੇ ਸਜਾਏ ਨੇ, ਕਰਨ ਦੇ ਨਾ ਸੁਪਨੇ ਪੂਰੇ। ਉਹ ਲੋਕੀ ਚੰਦਰੇ ਜੋ ਕੁੱਖ ਵਿੱਚ ਹੀ ਕਤਲ ਕਰਾ ਦਿੰਦੇ। ਮਾਪੇ ਆਖਦੇ ਧੀ ਤਨ ਬੇਗਾਨਾ, ਮੈਨੂੰ ਇਹ ਤਾਂ ਦੱਸੋ ਕਿ ਧੀ ਕਿਹੜੇ ਘਰ ਨੂੰ ਆਪਣਾ ਆਖੇ। ਧੀ ਸਹੁਰੇ ਵੀ ਬੇਗਾਨੀ, ਮਾਪੇ ਵੀ ਧਨ ਪਰਾਇਆ ਕਹਿੰਦੇ। ਇਹਨਾਂ ਨੂੰ ਸੱਚੇ ਦਿਲੋਂ ਸਤਿਕਾਰੋ, ਧੀਆਂ ਕੁੱਖ ਵਿੱਚ ਨਾ ਮਾਰੋ। ਕਲਪਨਾ ਚਾਵਲਾ ਵਣ ਉੱਡ ਜਾਣਾ ਏ, ਕਿਸੇ ਦਿਨ ਨਾ ਰੋਸ਼ਨ ਕਰ ਜਾਣਾ ਏ। ਦੱਸੋ ਖਾਂ ਲੋਕੋ, ਧੀ ਕੀ ਨਹੀਂ ਕਰ ਸਕਦੀ। ਮੁੰਡਿਆਂ ਵਾਂਗ ਡਾਕਟਰ, ਇੰਜੀਨੀਅਰ, ਵਕੀਲ ਤੇ ਜੱਜ ਬਣ ਸਕਦੀਆਂ ਨੇ। ਦੇਵੋ ਧੀ ਦਾ ਸਾਥ ਓਏ ਲੋਕੋ, ਬਾਬਾ ਨਾਨਕ ਨੇ ਵੀ ਕੀਤਾ ਜਿਗਰ ਬਾਣੀ ਵਿੱਚ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਅਸੀਂ ਬੇਨਤੀ ਕਰਦੇ ਹਾਂ ਹੈਲੀ ਕੈਨੇਡਾ ਜੀ ਨੂੰ, ਹੈਪੀ ਕੈਨੇਡਾ ਜੀ ਨੂੰ, ਜੋ ਅਮਰਜੀਤ ਸਿੰਘ ਸਿਧਾਰਨ ਜੀ ਦੇ ਪੁੱਤਰ ਨੇ, ਉਹ ਮੇਨ ਸਟੇਜ ਤੇ ਆਉਣਾ। ਹੈਪੀ ਕੈਨੇਡਾ ਜੀ, ਜੇ ਧੀਆਂ ਮਾਰ ਮੁਕਾਵੋਗੇ ਤਾਂ ਨੂੰਹਾਂ ਕਿੱਥੋਂ ਲਿਆਵੋਗੇ। ਹਰਪ੍ਰੀਤ ਕਰੇ ਫਰਿਆ ਤੁਹਾਡੇ ਅੱਗੇ, ਦੋਵੇਂ ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ। ਬਹੁਤ ਬਹੁਤ ਧੰਨਵਾਦ।
ਲਓ ਇਧਰ ਕਹਿੰਦੇ ਮੂਨਕ ਵਾਲੇ ਭੇਜੇ ਵਰਗੇ, ਇਧਰ ਮੰਡੀਆਂ ਵਾਲੇ ਕਹਿੰਦੇ ਵੀ ਜੱਸੇ ਦੇ ਤਿੰਨ ਪੁੱਤਰ ਕਬੱਡੀ ਖੇਡਦੇ ਨੇ। ਔਰ ਸਾਡਾ ਵੀਰ ਗੁਰਮੀਤ ਦਾ ਵੀਰ ਗੋਪੀ ਵੀ ਪੁੱਜਿਆ ਹੋਇਆ ਉਧਰ ਚੰਡੀਗੜ੍ਹ ਏਰੀਏ ਦਾ ਖਿਡਾਰੀ ਆ, ਕਹਿੰਦੇ ਵੀ ਦਲਜੀਤ ਨੰਗਲ ਛੜਵੜੀਆ ਉਧਰ ਕੇਵਲ ਅਲੀਪੁਰੀਆ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਨਾਲ ਹੀ ਕੋਚ ਸਾਹਿਬਾਨ ਸਰਦਾਰ ਮੇਜਰ ਸਿੰਘ ਜੀ ਸਹਿੜੀ ਸਾਹਿਬ ਉਹ ਵੀ ਟੀਮ ਲੈ ਕੇ ਪੁੱਜੇ ਨੇ, ਸੁਰਿੰਦਰ ਜਖੇਪਲ ਜੀ ਔਰ ਸਾਡੇ ਦਲਵੀਰ ਸਿੰਘ ਜੀ ਰਾਮਪੁਰੇ ਵਾਲੇ ਆਪਣੀ ਟੀਮ ਲੈ ਕੇ ਪੁੱਜੇ ਨੇ, ਸਾਰੇ ਕੋਚ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਮੈਚ ਦੀ ਸ਼ੁਰੂਆਤ ਜਲਦੀ ਕਰਵਾਓ, ਖੇਡ ਮੈਦਾਨ ਦੇ ਵਿੱਚ ਮੈਚ ਦੀ ਜਿਹੜੀ ਸ਼ੁਰੂਆਤ ਹੈ ਉਹ ਬਹੁਤ ਜਲਦੀ ਕੀਤੀ ਜਾਣੀ ਹੈ। ਸੋ ਜਿੱਥੇ ਉੱਧਰ ਬੱਚੀ ਗਰਾਊਂਡ ਦੇ ਗਲੇ ਲਾ ਰਹੀ ਹੈ, ਆਹ ਬੱਚੀ ਕਹਿੰਦੇ ਵੀ ਬਹੁਤ ਤਨਦੇਹੀ ਦੇ ਨਾਲ ਹਰਪ੍ਰੀਤ ਕੌਰ ਅਸੀਂ ਦੜਵੇ ਕੱਪ ਤੇ ਵੀ ਵੇਖਿਆ ਘੋੜ ਸਵਾਰੀ ਦੇ ਵਿੱਚ ਬਹੁਤ ਵਧੀਆ ਆਪਣੀ। ਹੈਲੋ ਕਹਿੰਦੇ ਪੂਰੇ ਹੌਸਲੇ ਦੇ ਨਾਲ, ਇੱਕ ਮਿੰਟ ਜੀ, ਹੈਪੀ ਕੈਨੇਡਾ ਜੀ, ਕੁਲਵੰਤ ਸਿੰਘ ਕੋਟੜਾ ਜੀ, ਅਮਰਜੀਤ ਸਿੰਘ ਸਹਾਰਨ, ਸਾਡੇ ਐਸ ਐਚ ਓ ਬਲਵੰਤ ਸਿੰਘ ਜੀ ਛਾਜਲੀ, ਇਹ ਜੋ 64 ਕਿੱਲੋ ਦੀ ਜੇਤੂ ਟੀਮ ਹੈ ਉਹਨੂੰ ਇਨਾਮ ਦੇ ਰਹੇ ਨੇ। ਹੈਪੀ ਕੈਨੇਡਾ ਜੀ, ਕੁਲਵੰਤ ਸਿੰਘ ਜੀ ਕੋਟੜਾ, ਐਸ ਐਚ ਓ ਬਲਵੰਤ ਸਿੰਘ ਜੀ ਛਾਜਲੀ, ਇਹ ਜੋ 64 ਕਿੱਲੋ ਦੀ ਜੇਤੂ ਟੀਮ ਹੈ ਉਹਨੂੰ ਇਨਾਮ ਦੇ ਕੇ ਸਨਮਾਨਿਤ ਕਰ ਰਹੇ ਨੇ। ਹਾਂਜੀ ਦੂਸਰੇ ਮੈਚ ਦੇ ਵਾਸਤੇ ਬਈ ਲਿਸਟ ਦੇ ਬਾਈ ਆਪਾਂ ਬੋਲ ਦਈਏ। ਇਸ ਬੱਚੀ ਨੇ ਜਿਹਨੇ ਪਹਿਲਾਂ ਕਵਿਤਾ ਲਾਈ ਸੀ ਇਹ ਗਰਾਊਂਡ ਦਾ ਗੇੜਾ ਲਾਵੇਗੀ। ਇਸ ਬੱਚੀ ਦਾ ਵੱਧ ਤੋਂ ਵੱਧ ਮਾਣ ਕਰਨ ਨਾਲ ਹੀ 1500 ਮੀਟਰ ਦੀ ਰੇਸ ਪੂਰੀ ਕਰੇਗੀ। ਅਗਲੇ ਮੈਚਾਂ ਦੀ ਰਨਿੰਗ ਕਮੈਂਟਰੀ ਵਾਸਤੇ ਸਤਪਾਲ, ਹੈਲੋ ਇੱਕ ਮਿੰਟ ਜੀ। ਹਾਂਜੀ ਸਿਰਫ ਆਹ ਪਹਿਲਾ ਮੈਚ, ਉਸ ਤੋਂ ਬਾਅਦ ਸਾਡੇ ਵੀਰ ਸਤਪਾਲ ਖੜਿਆਲ ਜੀ ਹੈਪੀ ਕੈਨੇਡਾ ਜੀ, ਜੋ ਸਾਡੇ ਅਮਰਜੀਤ ਸਿੰਘ ਸਹਾਰਨ ਜੀ ਦੇ ਪੁੱਤਰ ਨੇ, ਸਾਡੇ ਕਲੱਬ ਨੂੰ 1 ਲੱਖ ਰੁਪਏ ਦਾ ਮਾਨ ਦੇ ਕੇ ਸਨਮਾਨ ਦੇ ਕੇ ਸਨਮਾਨਿਤ ਕਰ ਰਹੇ ਨੇ। ਹੈਪੀ ਕੈਨੇਡਾ ਜੀ, ਜੋ ਅਮਰਜੀਤ ਸਿੰਘ ਸਹਾਰਨ ਜੀ ਦੇ ਪੁੱਤਰ ਨੇ, BMC ਸਪੋਰਟਸ ਕਲੱਬ ਛਾਜਲੀ ਨੂੰ 1 ਲੱਖ ਰੁਪਏ ਦਾ ਮਾਲੀ ਮਦਦ ਦੇ ਰਹੇ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। हाँ जी बहुत बहुत धन्यवाद। मैच की शुरुआत खेल मैदान दे विच कीती जा रही है। हाँ जी आ बच्ची का लास्ट चक्कर है। वीर वाला सोनी भी ग्राउंड दे विच पुज्या वे ਔਰ ਨਾਲ ਹੀ ਸਾਡੇ ਵੀਰ ਸਤਪਾਲ ਖੜਿਆਲ ਜੀ ਅਗਲੀ ਗੱਲ ਕਰਨਗੇ। ਮੈਚ ਤੋਂ ਪਹਿਲਾ ਮੈਚ, ਇੱਕ ਪਾਸੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਹਮੀਰਗੜ੍ਹ ਦੀ ਟੀਮ ਔਰ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਖਿਡਾਰੀ ਹੋਣਗੇ। ਇਹ ਵੀ ਕਹਿੰਦੇ ਨਾ ਕਮਾਉਣ ਲਈ ਪੈਂਦਾ ਸਰੀਰ ਵਾਉਣਾ, ਗੱਲਾਂ ਨਾਲ ਨਹੀਂ ਕੋਈ ਮਹਾਨ ਹੁੰਦਾ, ਕਰਨ ਵੇਲੇ ਹੀ ਕੰਮ ਨੂੰ ਪਤਾ ਲੱਗੇ, ਮੂੰਹੋਂ ਆਖਣਾ ਬੜਾ ਆਸਾਨ ਹੁੰਦਾ, ਮੂੰਹੋਂ ਆਖਣਾ ਬੜਾ ਆਸਾਨ ਹੁੰਦਾ, ਧਰਮੇ ਹਰਿਆਉ ਜੇ ਨੋਟਾਂ ਦੇ ਢੇਰ ਹੋਵਣ, ਬਿਨਾਂ ਨੀਤ ਤੋਂ ਕਦੇ ਨਿਦਾਨ ਹੁੰਦਾ। ਆਦਰ ਕਰਾਊਨ ਗਰੁੱਪ ਵਾਲਿਆਂ ਦਾ ਵੱਡਾ ਧੰਨਵਾਦ ਔਰ ਨਾਲ ਹੀ ਸਾਡੇ ਵੀਰ ਰਵਿੰਦਰ ਸਿੰਘ ਜੀ ਖੇਡ ਪ੍ਰਮੋਟਰ ਕਹਿੰਦੇ ਵੱਡੇ ਮਾਣ। ਹੈਲੋ ਹੈਲੋ ਸਵਾਗਤ ਰਣਜੀਤ ਸਿੰਘ ਕੈਂਪਰ, ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪ੍ਰਧਾਨ ਕਿਸਾਨ ਮੋਰਚਾ BJP ਰਣਜੀਤ ਸਿੰਘ ਜੀ ਕੈਂਪਰ, ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਨਮਾਨ ਕਰਦੇ ਹਾਂ ਜੀ। ਸਵਾਗਤੀ ਕਮੇਟੀ ਜਿੱਥੇ ਵੀ ਆਵਾਜ਼ ਸੁਣ ਰਹੀ ਹੈ ਜੀ, ਆ ਕੇ ਗੇਟ ਤੇ ਮਿਲੇ ਸਵਾਗਤੀ ਕਮੇਟੀ ਦੇ ਸਾਡੇ ਜਿੰਨੇ ਵੀ ਵੀਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਆ ਕੇ ਗੇਟ ਤੇ ਮਿਲਣ ਜੀ। ਹਾਂਜੀ ਬਹੁਤ ਬਹੁਤ ਧੰਨਵਾਦ, ਠੀਕ ਹੈ ਜੀ। ਸਾਰੇ ਖਿਡਾਰੀ ਵੀਰ ਨੋਟ ਕਰਨ, ਸੈਂਟਰ ਲੈਣ ਹੈ ਜਿਹੜੀ ਉਹ ਫਸਟ ਟੱਚ ਹੈ, ਬਾਊਂਡਰੀ ਲੈਣ ਹੈ ਜਿਹੜੀ ਉਹ ਲਿੰਕ ਸਿਸਟਮ ਹੈ, ਇਹ ਸਾਰੇ ਖਿਡਾਰੀ ਵੀ ਨੋਟ ਕਰਨਗੇ। ਪਹਿਲਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ, ਗੱਲ ਕਰਨਗੇ ਸਾਡੇ ਵੀਰ ਸਤਪਾਲ ਖੜਿਆਲ ਜੀ।
ਸਾਡੇ ਦਲਵੀਰ ਰਾਮਪਰਾ ਜੀ ਕਬੱਡੀ ਕੋਚ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਵੀ ਆਪਣੀ ਟੀਮ ਨੂੰ ਤਿਆਰ ਕਰ ਲੈਣ ਬਹੁਤ ਬਹੁਤ ਧੰਨਵਾਦ ਕੌਫੀ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਵੀ ਸਟੇਜ ਤੇ ਕੌਫੀ ਲੈ ਕੇ ਆਓ ਮੇਨ ਸਟੇਜ ਤੇ ਕੌਫੀ ਪਹੁੰਚਾਓ ਜੀ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਭਾਈ ਮੂਲ ਚੰਦ ਸਪੋਰਟਸ ਕਲੱਬ ਛਾਜਲੀ ਵੱਲੋਂ 11ਵਾਂ ਕਬੱਡੀ ਕੱਪ ਸਾਡੇ ਹਰਵਿੰਦਰ ਸਿੰਘ ਜੀ ਕਾਕਾ ਕਲੱਬ ਦੇ ਪ੍ਰਧਾਨ ਹਾਕੀ ਦੀ ਬਹੁਤ ਪਿਆਰੀ ਸ਼ਖਸੀਅਤ ਆ ਕੁਲਵਿੰਦਰ ਸਿੰਘ ਜੀ ਖੇਡ ਪ੍ਰਮੋਟਰ ਦਲਵਿੰਦਰ ਸੋਮਾ ਅਮਰਜੀਤ ਸਿੰਘ ਜੀ ਸਹਾਰਨ ਉੱਥੇ ਸਾਡੇ ਗੁਰਵਿਆਸ ਸਿੰਘ ਜੀ ਜਗਤਾਰ ਸਿੰਘ ਜੀ ਤਾਰਾ ਗਗਨਦੀਪ ਖੰਗੂੜਾ ਰਾਜਪਾਲ ਸਿੰਘ ਖੰਗੂੜਾ ਕੁਲਵੰਤ ਸਿੰਘ ਜੀ ਸਰਾਓ ਕਰਾਊਨ ਗਰੁੱਪ ਸਾਡੇ ਅਮਰ ਸਿੰਘ ਜੀ ਸੂਚ ਉਪਿੰਦਰ ਸਿੰਘ ਹਨੀ ਜੱਗੀ ਕੈਨੇਡਾ ਮਨਜੀਤ ਸਿੰਘ ਬੇਦੀ ਰਣਧੀਰ ਸਿੰਘ ਬੇਦੀ ਕਰਮੀ ਕੈਨੇਡਾ ਅਜਾਇਬ ਸਿੰਘ ਸਿੱਧੂ ਕੈਨੇਡਾ ਬਹੁਤ ਵੱਡਾ ਮਾਣ ਅੱਜ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਛਾਜਲੀ ਪਿੰਡ ਕਹਿੰਦੇ ਪਹਿਲਵਾਨਾਂ ਦੇ ਪਿੰਡ ਕਰਕੇ ਮਸ਼ਹੂਰ ਰਿਹਾ ਪੁਰਾਣੇ ਸਮੇਂ ਦੇ ਵਿੱਚ ਜਮਾਂਦਰ ਖਾਨ ਵਰਗੇ ਰੋਹੀ ਪਹਿਲਵਾਨ ਵਰਗੇ ਬਹੁਤ ਤਕੜੇ ਤਕੜੇ ਪਹਿਲਵਾਨ ਇਸ ਪਿੰਡ ਦੇ ਵਿੱਚ ਪੈਦਾ ਹੋਏ ਨੇ ਫਿਰ ਗੱਲ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੀ ਚੱਲੀ ਸਾਡੇ ਹਰਵਿੰਦਰ ਕਾਕੇ ਹੋਰਾਂ ਨੇ ਬਹੁਤ ਸਾਰੇ ਜਿਹੜੇ ਖਿਡਾਰੀ ਹਾਕੀ ਦੇ ਖੇਤਰ ਦੇ ਵਿੱਚ ਤਿਆਰ ਕੀਤੇ ਅਤੇ ਅੱਜ ਵੱਖ ਵੱਖ ਅਦਾਰਿਆਂ ਦੇ ਵਿੱਚ ਜੌਬ ਕਰਦੇ ਨੇ ਨੌਜਵਾਨ ਅਤੇ ਅੱਜ ਗੱਲ ਖੇਡ ਕਬੱਡੀ ਦੀ ਪੰਜਾਬ ਦੀ ਸਰਕਲ ਸਟਾਈਲ ਕਬੱਡੀ ਦੀਆਂ ਬਹੁਤ ਸਾਰੀਆਂ ਟੀਮਾਂ ਇੱਥੇ ਪੁੱਜੀਆਂ ਨੇ ਕੌਫੀ ਵਾਲੇ ਵੀਰਾਂ ਨੂੰ ਬੇਨਤੀ ਆ ਬਾਈ ਸਟੇਜ ਤੇ ਕੌਫੀ ਭੇਜੋ ਮੇਨ ਸਟੇਜ ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਹਵੀਰਗੜ੍ਹ ਦੀ ਟੀਮ ਹੈ ਜਿਹੜੀ ਇਧਰਲੇ ਪਾਸੇ ਹੋਵੇਗੀ ਥਾਣੇ ਵਾਲੇ ਪਾਸੇ ਥਾਣੇ ਵਾਲੇ ਪਾਸੇ ਟੀਮ ਹੈ ਜੋ ਬਾਬਾ ਦੀਪ ਸਿੰਘ ਕਬੱਡੀ ਕਲੱਬ ਹਵੀਰਗੜ੍ਹ ਦੂਸਰੇ ਪਾਸੇ ਟੀਮ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਕਿ ਬਿਗਲ ਵੱਜਿਆ ਕੂਚ ਦਾ ਹੁਕਮ ਹੋਇਆ ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ਚੜ੍ਹੇ ਪੁੱਤ ਸਰਦਾਰਾਂ ਦੇ ਸ਼ੈਲ ਬਾਂਕੇ ਜਿਵੇਂ ਬੇਲਿਓ ਨਿਕਲਦੇ ਸ਼ੇਰ ਮੀਆਂ ਚੜ੍ਹੇ ਸਭੇ ਮਜਾਇਲ ਮਲਵਈ ਦੁਆਬੀਏ ਜੀ ਜਿਨ੍ਹਾਂ ਕਿਲੇ ਨਵਾਏ ਢੇਰ ਮੀਆਂ ਸਾ ਮੁਹੰਮਦਾ ਚੜ੍ਹੇ ਜਮੂਰ ਖਾਨੇ ਹੋਇਆ ਹੁਕਮ ਨਾ ਲਾਉਂਦੇ ਦੇਰ ਮੀਆਂ ਪੰਜਾਬ ਦੇ ਬਹੁਤ ਸਾਰੇ ਖਿਡਾਰੀ ਮੈਂ ਵੇਖ ਰਿਹਾ ਵੀ ਸੁਪਰ ਸਟਾਰ ਖਿਡਾਰੀ ਮੇਜਰ ਸਿੰਘ ਸਹੇੜੀ ਮੇਜਰ ਦਾ ਪਿੰਡ ਕਹਿੰਦੇ ਸਹੇੜੀ ਹੈ ਜਿੱਥੋਂ ਦਾ ਬਲਵਿੰਦਰ ਭੀਮ ਸਾਡੀ ਖੇਡ ਕਬੱਡੀ ਦਾ ਥੰਮ ਖਿਡਾਰੀ ਹੋਇਆ ਅਤੇ ਇੰਗਲੈਂਡ ਦੇ ਵਿੱਚ ਦੋ ਵਾਰ ਇਹਨਾਂ ਦੀ ਟੀਮ ਖੇਡੀ ਨੋਟ ਕਰ ਲੈਣ ਜੀ ਜਿਹੜੇ ਮੈਚ ਨੇ 20-25-20 ਦੇ ਕਰਵਾਉਣੇ ਨੇ ਇਹ ਸਾਡੇ ਕਲੱਬ ਵੱਲੋਂ ਫੈਸਲਾ ਨਾਲ ਹੀ ਵੀਰ ਵਾਲਾ ਸੋਨੀ ਗਰਾਊਂਡ ਦੇ ਵਿੱਚ ਪੁੱਜੇ ਜੀ ਵੀਰ ਵਾਲਾ ਸੋਨੀ ਮੇਜਰ ਸਿੰਘ ਜੀ ਦੋ ਵਾਰ ਟੀਮ ਇੰਗਲੈਂਡ ਦੇ ਵਿੱਚ ਖੇਡੀ ਹੈ ਤੁਹਾਡੀ ਇੱਕ ਵਾਰ ਲਿਸਟਰ ਦੀ ਖੇਡ ਕਲੱਬ ਲਈ ਇੱਕ ਵਾਰ ਕਹਿੰਦੇ ਬਰਮਿੰਘਮ ਦੀ ਖੇਡ ਕਲੱਬ ਲਈ ਇਹ ਟੀਮ ਜਿਹੜੀ ਹੈ ਇਧਰਲੇ ਪਾਸੇ ਖੇਡ ਰਹੀ ਹੈ ਅਤੇ ਬੇ ਵਰਲਡ ਕਬੱਡੀ ਲੀਗ ਦੀ ਇਹ ਸੈਕਿੰਡ ਟੀਮ ਸੀ ਰਨਰ ਅਪ ਟੀਮ ਰਹੀ 2014 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਲਮੇਖ ਸਿੰਘ ਜੀ ਖੱਟੜਾ ਬੜੀ ਸਤਿਕਾਰਯੋਗ ਸ਼ਖਸੀਅਤ ਹਨ ਉਹਨਾਂ ਦੀ ਦੇਖ ਰੇਖ ਦੇ ਵਿੱਚ ਟੀਮ ਖੇਡਦੀ ਹੈ ਦੂਸਰੇ ਪਾਸੇ ਟੀਮ ਹੈ ਜੋ ਜ਼ਿਲ੍ਹਾ ਸੰਗਰੂਰ ਦੇ ਹਮੀਰਗੜ੍ਹ ਪਿੰਡ ਦੀ ਲਓ ਮੈਦਾਨ ਦੇ ਵਿੱਚ ਆਪਾਂ ਖੇਡ ਦੀ ਸ਼ੁਰੂਆਤ ਕਰ ਰਹੇ ਹਾਂ ਥੋੜ੍ਹੇ ਸਮੇਂ ਦੇ ਵਿੱਚ ਹੀ BMS ਕਲੱਬ ਆਪਣਾ 11ਵਾਂ ਕਬੱਡੀ ਫੈਸਟੀਵਲ ਮਨਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਸੱਭੂ ਵਰਗੇ ਬਹੁਤ ਵਧੀਆ ਖਿਡਾਰੀ ਰਹੇ ਨੇ ਸੇਬੂ ਵਰਗੇ ਇਸ ਨਗਰ ਦੇ ਕਬੱਡੀ ਦੇ ਅਤੇ ਅੱਜ ਕੱਲ੍ਹ ਜਤਿੰਦਰ ਵਰਗੇ ਖਿਡਾਰੀ 75 ਕਿਲੋ ਭਾਰ ਦੇ ਵਿੱਚ ਖੇਡਦੇ ਨੇ ਛਾਜਲੀ ਪਿੰਡ ਦਾ ਨਾਂ ਜਿਹੜਾ ਕਾਕੇ ਨੇ 5 ਮਿੰਟ ਵਾਸਤੇ ਇੱਧਰੋਂ ਗਰਾਊਂਡ ਵਾਲਾ ਮੈਚ ਹੈ ਜਿਹੜਾ ਉਹ ਬੰਦ ਕਰ ਲਿਆ ਜਾਵੇ ਜੀ ਅਸੀਂ ਸਨਮਾਨ ਦੇਣੇ ਨੇ ਕੁਝ ਸ਼ਖਸੀਅਤਾਂ ਨੂੰ ਸਨਮਾਨ ਦੇਣਗੇ ਸਰਦਾਰ ਅੰਗਰੇਜ਼ ਸਿੰਘ ਜੀ ਵਿਰਕ ਜਗਤਾਰ ਸਿੰਘ ਜੀ ਜੱਗੀ ਜਰਨਲ ਸਟੋਰ ਪੰਜਾਬ ਅੰਮ੍ਰਿਤ ਗੋਇਲ ਜੀ ਮੱਖਣ ਗੁਪਤਾ ਜੀ ਪਟਿਆਲਾ ਨਾਲ ਸਰਦਾਰ ਕੁਲਵੰਤ ਸਿੰਘ ਜੀ ਇਹ ਵੀ ਸਨਮਾਨ ਦੇਣਗੇ ਜਿਹੜੇ ਵੀਰਾਂ ਦੇ ਅਸੀਂ ਨਾਂ ਅਨਾਊਂਸ ਕਰਨੇ ਨੇ ਉਹ ਕਿਰਪਾ ਕਰਕੇ ਆਪਣੇ ਮਾਣ ਸਨਮਾਨ ਲੈ ਲੈਣ ਸਰਦਾਰ ਜਸਵੀਰ ਸਿੰਘ ਜੀ ਲਾਡੀ ਅੰਮ੍ਰਿਤ ਲਾਲ ਜੀ ਕੁੱਕੂ ਮਖਤਿਆਰ ਸਿੱਧੂ ਜੀ ਡਾਕਟਰ ਬਾਰੂ ਜੀ ਗਿਆਨ ਸਿੰਘ ਭੋਲਾ ਰਾਮ ਪ੍ਰਕਾਸ਼ ਭੋਲਾ ਹਰਿਆਊ ਜੀ ਅਮਰੀਕ ਸਿੰਘ ਜੀ ਸਰਪੰਚ ਸੰਗਤੀ ਵਾਲਾ ਭੋਲਾ ਸਿੰਘ ਜੀ ਸਮਰਾਓ ਬਲਵਿੰਦਰ ਸਿੰਘ ਜੀ ਬੇਲਾ ਸਤਨਾਮ ਸਿੰਘ ਜੀ ਸੱਤਾ ਹਰਜੀਤ ਸਿੰਘ ਜੀ ਕਾਲਾ ਬੀਜੇਪੀ
तीर्थ सिंह जी चट्ठा, होशियार सिंह जी चट्ठा, भोला सिंह जी सरपंच चट्ठा और जगतार समराओ जी, ज्ञान कौर जी, भिंदर मोजोवाल जी, ये सारे सज्जन स्टेज पर आ जाण जी। और सतगुर सिंह जी दयोल, इकबाल फौजी जी, निर्मल सिंह जी कबोज, वाह जी वाह, बहुत वधिया खेड की शुरुआत हो चुकी है मैदान दे विच। पहला दफा संदीप लाउंदा है नौजवान, संदीप हमीरगढ़ दा, सुखजिंदर सिंह जसर पहला जफा ला दिता, सोनू ट्रिपल्ले वाला कबड्डी पा के आया है। उधर मान सम्मान भी बहुत जरूरी ने, क्योंकि लखां दे विच जिहड़ी कबड्डी दे वास्ते अमदाद जिहड़ी साडियां सत्कारयोग शख्सियतां ने दित्ती है। पातड़ा शहर है इस नौजवान खिडारी का, जीवन सिंह नाम है, पर कबड्डी दे विच दुनिया शलेडा कहिंदी है इस कबड्डी नूं। माही जी 2 मिनट का समा हो रहा है जी, अमन जखेपल जी वह भी अपना सम्मान लै लैण जी, हेमराज जी पंडित, सरदार कमलजीत सिंह जी हौलदार, हैप्पी कनेडा जी, अरजिंदर कोटड़ा जी, संजय कोटड़ा जी, सतपाल माही जी, मान सिंह जी, SHO छाजली, सरदार सुरजन सिंह जी इंचार्ज महला चौकी, इंचार्ज सिक्योरिटी, अमनदीप सिंह जी संगती वाला, अमीत प्रधान संगती वाला, और दोबारा फिर अनाउंस किए जाते हैं जिहड़े सज्जनां दे नां, वो अपना सम्मान लै लैण। जसवीर सिंह जी लाडी, अमृत लाल जी कुकू, मुख्तियार सिद्धू जी, डॉक्टर बारू जी, भोला राम प्रकाश, भोला हरियाऊ जी, अमरीक सिंह जी सरपंच संगती वाला, भोला सिंह जी समराओ, बलविंदर सिंह जी बेला, सतनाम सिंह जी सत्ता, हरजीत सिंह जी काला BJP, तीर्थ सिंह जी चट्ठा, होशियार सिंह जी चट्ठा, भोला सिंह जी सरपंच चट्ठा, ज्ञान कौर जी, जगतार समराओ जी, भिंदर मोजोवाल जी, चौधरी संगती वाला जी, सतगुर दयोल जी, इकबाल फौजी जी, निर्मल कंबोज जी, सुखविंदर सिंह जसड़ जी, दशमेश इलैक्ट्री वर्क छाजली, हेमराज पंडित जी, सरदार कमलजीत सिंह जी हौलदार, हैप्पी कनेडा, अरजिंदर कोटड़ा, संजय कोटड़ा, सतपाल माही जी, बलवंत सिंह जी SHO छाजली, सरदार सुरजन सिंह जी चट्ठा, सरदार सुरजन सिंह जी इंचार्ज महला चौकी, इंचार्ज सिक्योरिटी मेल छाजली, ये सारे वीर अपना सम्मान लै लैण जी। राज खेपल भी अपना सम्मान लै लैण जी, उन्हां दा सम्मान अमन जखेपल जी लै लैणगे, राज खेपल जी नहीं हैगे, उन्हां दा सम्मान अमन जखेपल जी लैणगे। हाँ जी, माइक ओवर टू ग्राउंड जी, बहुत बहुत धन्यवाद जी। लो बताल पिंड है सनौजान का, सतरियाने के लागे घोड़ा आखते ने प्यार दे नाल, कबड्डी के खेत्र दे विच घोड़ा दताल वाला, गोली स्टाक दी पही रेड मैदान दे विच सज्जे कदे खब्बे, लो वजा वजा करवाउंदा होया भरियां होईयां बगलां, इस समय लगता होया समा, पॉइंट जिहड़ा रेडर दे वास्ते बाबा दीप सिंह कबड्डी क्लब हमीरगढ़ की टीम दे लई। उधर साडा वीर हरजीत सिंह सहारन जो BJP का मंडल का प्रधान है, बहुत वड्डा माण है साडे प्रिस्त सराओ जी, साडे अमरजीत सिंह जी सहारन, उन्होंने पुत्र हैली कनेडा, हैप्पी कनेडा विशेष तौर पर पुजे हुए जी आया आखते हैं। समूह प्रेस वाले वीर भी अपना सारा सम्मान लै लैण जी, जिन्हें भी प्रेस वाले वीर ने, कुलदीप, भिंदी, अमरजीत, साढ़े वीर जिन्हें भी है प्रेस वाले वीर, वह भी अपना सम्मान लै लो, आ जाओ जी तुसीं ने कल। ये कुलदीप शर्मा जी, ये भी सारे अपना सम्मान लै लैण जी। इधरले पासे कहिंदे मूनक वाले भेजे ने जफा ला दिता बाबा दीप सिंह कबड्डी क्लब के लिए, कि बाबे नानक के दर तो लैके शक्ति बाबे दीप सिंह जहा जोस्ता आ रहे, पीरा फकीरां दी धरती दे जाए गबरू कौडी खेडण लई होके तैयार आए, मान जिन्हां नूं पंजा पाणियां दा ओह बाणियां पंजो चार आए, नित होण कबड्डी दे टूरनामेंट वड्डे खड़ियाल आखदा रोज बहार आए, नामा इस समय नौजवान पॉइंट लैके वापस आंदा होया नामा, एक मिनट हमीरगढ़ दी टीम दा खिडारी, जिन्हें भी इधर सभागती कमेटी दे वीर ने इधर आके साडे मेन गेट ते आ जाण जी, प्रबंधक कमेटी दे वीर, सभागती कमेटी दे वीर जिन्हें भी हैगे ने, साडा टेंट वाला वीर मोती, वह भी अपना मान सम्मान लवे जी, मोती टेंट हाउस, क्रॉस कंट्री रेस 9 किलोमीटर क्रॉस कंट्री रेस मिति 22/5/2015
ਸਥਾਨ ਮਾਲ ਮੰਡੀ ਕਰਾਉਣ ਕੈਪੀਟਲ ਦਫ਼ਤਰ ਦੇ ਕੋਲ ਲਹਿਰਾ ਗਾਗਾ ਵੀ ਕਰਵਾਈ ਜਾ ਰਹੀ ਹੈ ਜੀ। ਹਾਂਜੀ ਹੋਰ ਕੌਣ ਰਹਿ ਗਿਆ? ਮਾਹੀ ਜੀ 2 ਮਿੰਟ ਕਿਉਂਕਿ ਬਸ ਆਪਾਂ ਨੇ ਮਾਨਾ ਸਨਮਾਨਾਂ ਦਾ ਕੰਮ ਨਿਬੇੜ ਦੀ, ਉਸ ਤੋਂ ਬਾਅਦ ਆਪਾਂ ਗਰਾਊਂਡ ਦੇ ਨਾਲ ਹੀ ਜੁੜੇ ਰਹਿਣਾ ਹੈ। ਗੁਰਦੀਪ ਸਿੰਘ ਜੀ ਫੌਜੀ ਸਟੇਜ ਤੇ ਪਹੁੰਚ ਜਾਣ, ਸਨਮਾਨ ਲੈ ਲੈਣ। ਬਾਕੀ ਸਾਡੇ ਵੀਰ ਸਾਊਂਡ ਵਾਲਾ ਵੀਰ ਵੀ ਆਪਣਾ ਸਨਮਾਨ ਲੈ ਲਵੇ, ਲਾਲੀ ਲੇਲਾ ਵਾਲਾ ਉਹ ਵੀ ਆਪਣਾ ਸਨਮਾਨ ਲੈ ਲਵੇ, ਟੈਂਟ ਵਾਲੇ ਵੀਰ ਵੀ ਆਪਣਾ ਸਨਮਾਨ ਲੈ ਲੈਣ। ਸੰਦੀਪ, ਸੰਦੀਪ ਹਮੀਰਗੜ੍ਹ ਵਾਲਾ ਦੂਜਾ ਜਫਾ ਆ ਗਿਆ ਮੈਦਾਨ ਦੇ ਵਿੱਚ ਇਧਰਲੇ ਪਾਸੇ, ਹਮੀਰਗੜ੍ਹ ਦੀ ਟੀਮ ਦੇ ਲਈ, ਬਾਬਾ ਦੀਪ ਸਿੰਘ ਕਬੱਡੀ ਕਲੱਬ ਦੇ ਲਈ। ਸਾਧ ਨਿਵਾਸ ਪਿੰਡ ਹੈ ਇਸ ਨੌਜਵਾਨ ਦਾ, ਬੇ ਵਰਲਡ ਕਬੱਡੀ ਲੀਗ ਦੇ ਬੇਟਿੰਗ ਖਿਡਾਰੀਆਂ ਦੇ ਵਿੱਚ ਸੀ ਇਹ ਨੌਜਵਾਨ। ਲਓ ਸੋਨੀ ਦੀ ਪਹੀ ਕਬੱਡੀ, ਬਤਾਲ ਪਿੰਡ ਦਾ ਘੋੜਾ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਲਈ। ਧਰਮਾ ਰਹੋ ਜੀ, ਜਿਹੜਾ ਤੁਹਾਡੇ ਕੋਲ ਮੈਂ ਕਿਹਾ ਉਹ ਲੈ ਕੇ ਉਰੇ ਪਹੁੰਚੋ ਜੀ। ਕੋਈ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ, ਸਾਡੇ ਕੇਸਰੀ ਕਹਿੰਦੇ ਨਿਸ਼ਾਨ ਅੱਗੇ ਕਈ ਝੁਕਦੇ ਸੀ ਵੱਡੇ ਨਿਸ਼ਾਨ ਵਾਲੇ, ਬਿਨਾਂ ਪੁੱਛੋ ਇੱਧਰ ਨਾ ਵੇਖਦੇ ਸੀ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ, ਕੀ ਪਤਾ ਇਹ ਰੁਲਦੇ ਫਿਰਨਗੇ ਜੀ ਆਪਣੇ ਰਾਜ ਵਿੱਚ ਹੀਰੇ ਹੰਡਾਉਣ ਵਾਲੇ। ਇੱਕ ਪਾਸੇ ਸਿੰਘਾਂ ਦੀ ਟੀਮ, ਜਿਸ ਟੀਮ ਨੇ ਕਦੇ ਇੰਗਲੈਂਡ ਕਦੇ ਕੈਨੇਡਾ ਦੇ ਵਰਲਡ ਕੱਪ ਦੇ ਵਿੱਚ ਧੁੰਮਾਂ ਪਾਈਆਂ ਨੇ, ਔਰ ਦੂਸਰੇ ਪਾਸੇ ਟੀਮ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੇ ਨਾਂ 'ਤੇ ਖੇਡਦੀ ਹੋਈ ਅੱਜ ਛਾਜਲੀ ਦੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਪਾਉਣ ਦੇ ਵਾਸਤੇ ਨਾਮਾ ਨੌਜਵਾਨ ਇਸ ਸਮੇਂ ਅੱਗੇ ਵੱਲ ਵੱਧਦਾ ਹੋਇਆ। ਚਾਰ ਜਾਫੀ ਨੇ ਕਹਿੰਦੇ ਮੰਡੀਆਂ ਦਾ ਜੱਸਾ ਬਹੁਤ ਤਕੜਾ ਖਿਡਾਰੀ ਹੋਇਆ ਸਾਡੀ ਖੇਡ ਕਬੱਡੀ ਦਾ, ਨਾਲ ਕਹਿੰਦੇ ਮਹਿੰਦਰ ਦੁਗਰੀ ਦਾ ਨਾਰੀ, ਕਹਿੰਦੇ ਪੰਡਿਤ ਵਰਗਿਆਂ ਨੂੰ ਦੁਨੀਆ ਯਾਦ ਰੱਖੇਗੀ, ਰਾਜਵੰਤ ਘੁੱਲੀ ਵਰਗੇ ਕਿਸੇ ਸਮੇਂ ਜ਼ਿਲ੍ਹਾ ਸੰਗਰੂਰ ਦਾ ਮਾਣ ਰਹੇ, ਮੰਡੀਆਂ ਵਾਲੇ ਜੱਸੇ ਦਾ ਪੁੱਤਰ ਖੇਡ ਰਿਹਾ। ਪਰ ਇੱਧਰਲੇ ਪਾਸੇ ਇਹ ਨੌਜਵਾਨ ਦਤਾਲ ਵਾਲਾ ਘੋੜਾ ਜ਼ਿਲ੍ਹਾ ਪਟਿਆਲੇ ਦਾ ਸਤਰਿਆਣੇ ਦੇ ਲਾਗੇ ਕਰਕੇ ਪਿੰਡ ਹੈ, ਬਹੁਤ ਵਧੀਆ ਅੰਦਾਜ਼ ਦੇ ਵਿੱਚ ਡੱਕ ਲੈਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਨਾਮਾ ਨੌਜਵਾਨ ਹੱਸਦਾ ਹੋਇਆ, ਹੱਸਦਾ ਹੱਸਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਉੱਧਰ ਸੁਰਿੰਦਰ ਜਖੇਪਲ ਸਾਡੀ ਖੇਡ ਕਬੱਡੀ ਦਾ ਮਾਣ, ਨਾਲ ਸਾਡੇ ਵੀਰ ਬਲਵਿੰਦਰ ਸਿੰਘ ਜੀ ਜੇਈ ਮੀਤ ਪ੍ਰਧਾਨ ਨੇ, ਪੰਜਾਬ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਵੱਲੋਂ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਨੇ ਜੀ ਆਇਆਂ ਆਖਦੇ ਹਾਂ। ਲਓ ਦੁਗਾਲ ਵਾਲਾ ਠੰਡੂ ਇਸ ਸਮੇਂ ਨੌਜਵਾਨ ਕਬੱਡੀ ਦੇ ਬਹੁਤ ਵੱਡੇ ਦਾਅ ਅਪਣਾਉਂਦਾ ਹੋਇਆ, ਪੱਟੀ ਹੋਈ ਖੁੱਚ ਕੈਂਚੀ ਵੱਜ ਗਈ ਹੈ, ਇਹ ਹੈ ਨੌਜਵਾਨ ਜਿੱਥੋਂ ਦਾ ਬਿੱਟੂ ਸਾਡੀ ਖੇਡ ਕਬੱਡੀ ਦਾ ਸੁਪਰ ਸਟਾਰ ਖਿਡਾਰੀ, ਦੁਗਾਲ ਵਾਲਾ ਠੰਡੂ ਇਸ ਸਮੇਂ ਜਫਾ ਲਾ ਕੇ ਸਾਡੇ ਵਾਅਦਾ ਕਰਦਾ ਹੋਇਆ ਜੀ। ਚੌਧਰੀ ਸੰਗਤੀ ਵਾਲਾ ਜੀ ਸਾਡੇ ਕਲੱਬ ਨੂੰ 11,000 ਰੁਪਇਆ ਭੇਜ ਰਹੇ ਨੇ। ਨਿਰਪਾਲ ਸਿੰਘ ਜੀ ਬੜਿੰਗ ਪਟਿਆਲੇ ਤੋਂ, ਸਾਡੇ ਜਗਤਾਰ ਸਿੰਘ ਜੀ ਤਾਰਾ ਜੀ ਦੇ ਮਿੱਤਰ ਜੀ ਨੇ, ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ, ਉਹਨਾਂ ਦੀ ਬਹੁਤ ਬਹੁਤ ਧੰਨਵਾਦ। ਇੱਧਰ ਗੋਲਡਨ ਵੈਲੀ ਫੋਟੋ ਗੈਲਰੀ, ਸਾਡੇ ਵੀਰ ਘੱਗੇ ਵਾਲੇ ਸਾਰੇ ਕਬੱਡੀ ਕੱਪ ਨੂੰ ਵਿਸ਼ੇਸ਼ ਤੌਰ 'ਤੇ ਕਵਰੇਜ ਕਰ ਰਹੇ ਨੇ, ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇੱਧਰ ਨਿਰਪਾਲ ਸਿੰਘ ਜੀ ਬੜਿੰਗ ਪਟਿਆਲੇ ਤੋਂ ਪਹੁੰਚ ਰਹੇ ਨੇ। ਵਾਹ, ਇੱਧਰਲੇ ਪਾਸੇ ਪਿਆਰ ਦੇ ਨਾਲ ਖਾੜਕੂ ਕਹਿੰਦੇ ਨੇ ਦਲਜੀਤ ਸਿੰਘ ਨੂੰ, ਜਿਵੇਂ ਕਹਿੰਦੇ ਪਾਵਾਂ ਵਾਲੇ ਕੁਲਜੀਤ ਸਿੰਘ ਨੂੰ ਕਬੱਡੀ ਦੇ ਵਿੱਚ ਖਾੜਕੂ ਦੇ ਨਾਂ ਨਾਲ ਜਾਣਿਆ ਗਿਆ। ਇਹ ਆ ਨੌਜਵਾਨ ਦਲਜੀਤ ਸਿੰਘ, ਕੋਸ਼ਿਸ਼ ਕਰਦਾ ਹੋਇਆ, ਪਰ ਨੰਬਰ ਕਿਹੜਾ ਰੇਡਰ ਦੇ ਵਾਸਤੇ ਹੈ। ਸੁਰਿੰਦਰ ਜਖੇਪਲ ਜੀ ਦੱਸਣਗੇ ਵੀ ਅਗਲਾ ਕਿਹੜਾ ਦੂਜਾ ਮੈਚ ਹੋਵੇਗਾ, ਕਿਹਨਾਂ ਟੀਮਾਂ ਦਾ ਹੋਵੇਗਾ। ਸੁਰਿੰਦਰ ਜਖੇਪਲ ਜੀ ਜਿਨ੍ਹਾਂ ਦਾ ਅੱਜ ਬਹੁਤ ਵੱਡੀ ਜਿਨ੍ਹਾਂ ਦੀ ਅਗਵਾਈ ਬਣੀ ਹੋਈ ਹੈ, ਮਨੀ ਧੂੜ, ਨੈਬ ਸਿੰਘ ਡੈਨੀ, ਬਹੁਤ ਬਹੁਤ ਧੰਨਵਾਦ ਹੈ। ਲਓ ਮੈਦਾਨ ਦੇ ਵਿੱਚ ਇਸ ਸਮੇਂ ਦੁਗਾਲ ਵਾਲਾ ਠੰਡੂ ਫਿਰ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜ ਗਿਆ ਹੈ। ਉੱਧਰ ਗੁਰਵਿੰਦਰ ਕੌਰ ਬੱਚੀ ਹੈ ਜਿਹੜੀ ਉਹ ਗੇੜਾ ਲਾ ਰਹੀ ਹੈ, ਨਾਲ ਹੀ ਟੈਂਟ ਵਾਲਾ ਵੀਰ ਆ ਕੇ ਆਪਣਾ ਸਨਮਾਨ ਲੈ ਲਵੇ ਜੀ। ਟੈਂਟ ਵਾਲਾ ਵੀਰ ਲੈ ਲਿਆ ਜੀ। ਅਗਲੀ ਰੇਡ ਫਿਰ ਨੌਜਵਾਨ ਇਸ ਸਮੇਂ ਸਤਾਜ ਪਿੰਡ ਦਾ ਗੋਲੀ, ਗੋਲੀ ਦੀ ਮੈਦਾਨ ਦੇ ਵਿੱਚ ਪਈ ਕਬੱਡੀ, ਕਾਕਲਪੁਰ ਦਾ ਭੁਪਿੰਦਰ ਸਿੰਘ ਗੋਲੀ ਹੈ। ਇੱਕ ਆਹ ਨੌਜਵਾਨ ਖਿਡਾਰੀ ਵੱਧ ਕੇ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ, ਗੋਬਿੰਦ ਆਖਦਾ ਵੀ ਇਸ ਤੋਂ ਬਾਅਦ 75 ਕਿਲੋ ਭਾਰ ਦਾ ਮੈਚ ਹੋਵੇਗਾ, ਕਿਹਨਾਂ ਟੀਮਾਂ ਦੇ ਦਰਮਿਆਨ ਹੋਵੇਗਾ, ਉਹ ਵੀ ਤਿਆਰ ਹੋ ਜਾਣ ਖਿਡਾਰੀ 75 ਕਿਲੋ ਭਾਰ ਦੇ। ਸਾਡੇ ਸੰਦੀਪ ਕਬੱਡੀ ਖਿਡਾਰੀ ਵਾਸਤੇ ਉਹਨਾਂ ਦੇ ਮਾਮਾ ਜੀ 200 ਰੁਪਏ ਦੇ ਮਾਣ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ। ਉੱਧਰ ਜਿਸ ਬੱਚੀ ਨੇ ਦੌੜ ਲਾਈ ਹੈ ਉਹਦਾ ਵੀ ਮਾਣ ਸਨਮਾਨ ਕਰਨਾ ਹੈ, ਉਹ ਬੱਚੀ ਗੇੜਾ ਲਾ ਰਹੀ ਹੈ, ਗੋਬਿੰਦ ਜੀ ਨਾਲ ਹੋ ਜਾਓ, ਬਹੁਤ ਬਹੁਤ ਧੰਨਵਾਦ। ਟੈਂਟ ਵਾਲੇ ਵੀਰ ਨੂੰ ਬੇਨਤੀ ਆ ਕੇ ਵੀ ਸਟੇਜ ਲਵੇ ਆ ਕੇ ਮਿਲੇ, ਕਿਉਂਕਿ ਕੋਈ ਲਾਈਟਾਂ ਵਗੈਰਾ ਲਾਉਣੀਆਂ ਨੇ। ਲੱਦਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਉੱਧਰ ਬਾਬਾ ਮਾਨ, ਬੜਾ ਵਿਦਵਾਨ ਬੰਦਾ, ਮਹਾਨ ਕਵੀ, ਅਸਲੀ ਚਰਨ ਦਾ ਪੀਰ, ਸੁਣਾਉਂਦਾ ਹੀਰ, ਦਿਲੋਂ ਅਮੀਰ ਸਾਹੀ ਫਕੀਰ, ਵਜਾਉਂਦਾ ਡਫਲੀ, ਬਾਬਾ ਮਾਨ ਪੁੱਜ ਰਿਹਾ ਪੰਜਾਬੀ ਦਾ ਗੁਰਦਾਸ ਮਾਨ ਅੱਜ ਸਟੇਜ ਦੇ ਉੱਤੋਂ। ਲਓ ਇੱਕ ਪਾਸੇ ਦਤਾਲ ਵਾਲਾ ਘੋੜਾ ਜੀ, ਇੱਕ ਮਿੰਟ, ਵਾਹ ਜੀ, ਬੜਿੰਗ ਪਟਿਆਲੇ ਤੋਂ ਆ ਰਹੇ ਨੇ, ਉਹਨਾਂ ਨੂੰ ਕਾਊਂਟ ਕਰਨ ਦੇ ਲਈ ਜਾਣਗੇ ਸਾਡੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਜੀ ਕਾਕਾ, ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ, ਸਾਡੇ ਜਿਹੜੇ ਜਗਤਾਰ ਸਿੰਘ ਜੀ ਤਾਰਾ ਦੇ ਮਿੱਤਰ ਨੇ, ਨਿਰਪਾਲ ਸਿੰਘ ਜੀ ਬੜਿੰਗ ਪਟਿਆਲੇ ਤੋਂ ਵਿਸ਼ੇਸ਼ ਤੌਰ 'ਤੇ ਸਾਡੇ ਵਿਚਕਾਰ ਪੁੱਜ ਰਹੇ ਨੇ।
समागति कमेटी को बेनती है भी तैयारियां पूरी मुकम्मल कर लिया जा। एक अद्धे मिनट के साडे वीर निरपाल सिंह जी बड़ेंग पटियाले तो पहुंच रहे हैं, साडे वीर जगतार सिंह तारा जी के मित्र ने, करविंदर काका जी को बेनती है भी तैयारियां बिल्कुल मुकम्मल कर लिया जा। बहुत संदीप, संदीप के मामा जी पुजे हुए हैं, कहते 200 रुपए का मान दिता है, लाओ जी वेख लो इधरले पासे तुहाडा भाणजा खेड रहा है कि पुत्ता तो प्यारे पोतरे होंगे मूल तो ब्याज प्यारा, धन हौसला दादी माता जी ने झलिया कलेजे दुखबारा, पुत मरवा के अपने दुखी हिंदिया के पुत्र बचाए, लाला नूं दीवार पुछदी तुसी किस अमड़ी ते जाए, वे किड्डा क कलेजा उसका जिन्हें नीहां विच पुत चणवाए, किड्डा क कलेजा उसका। भवानीगढ़ के उगराहां का 75 किलो भार का फाइनल मैच होगा, जिहड़े वाधू खिडारी ग्राउंड के खड़े ने बैठ जाए, यह बेनती है साढ़े क्लब वालों। उधर मनजीत स्टूडियो जी बल्ले पंजाब मैगजीन के वास्ते कवर करते हुए गोल्डन बेली स्टूडियो का बहुत बहुत धन्यवाद। स्टेज पर आवे जसवीर सिंह जी लाडी, उधर मैदान के नामे की पही कबड्डी, आ नौजवान जरनैल सिंह जी मंडिया वाले जसे का पुत्र है, जसा बहुत तकड़ा खिडारी होया है साडी खेड कबड्डी का। लो इस समय आप देखते भी गुरप्रीत सिंह गोपी, गोपी मंडिया वाला पॉइंट जिहड़ा है श्रोमणी गुरुद्वारा प्रबंधक कमेटी के वास्ते जुड़ता होया, शानदार मैच खेड कबड्डी का मैदान के चलता हो। इधर साढ़े जरनैल सिंह जी पंजाब पुलिस के थानेदार घराचो पिंड है कबड्डी के सुपरस्टार का। लो उधर साढ़े बलवंत सिंह जी एस एच ओ साहब विशेष तौर पर पुजे ने, नाल साढ़े सुरजन सिंह जी लेल कला एस आई साहब आप अपने समय के प्रसिद्ध खिडारी, सामने मैदान के सोनू ट्रिपले वाला सोनू कबड्डी पा के मारी जो छाल ला के जोर पट्टा नाल अख की चमकना कमाल जहा हो गया, खैरियां का जंदू आके हथ लगे तावी आओ गया आओ गया आओ गया। उधर 365.com पूरी दुनिया के कबड्डी लाइव करता होया माही जी कमेंट, उधर साढ़े बहुत ही सत्कारयोग निरपाल सिंह जी बड़ेंग पटियाले तो, जगतार सिंह जी तारा जी के मित्र ने, नाल अमरीक सिंह जी धालीवाल, रणधीर सिंह जी कैंपर प्रधान किसान मोर्चा बीजेपी साढ़े विचकार पहुँच रहे हैं, उन्होंने भरवे स्वागत के नाल साढ़े हरविंदर सिंह जी काका उन्होंने एक नंबर स्टेज पर लैके जा रहे हैं सारे, उन्होंने महेश बांसल जी अपनी समुची टीम के नाल साढ़े अज के आए हुए मुख्य मेहमानों का बहुत बहुत धन्यवाद है। सरदार अमरीक सिंह जी धालीवाल, रणधीर सिंह जी कैंपर प्रधान किसान मोर्चा बीजेपी, हाँ जी माही जी बहुत बहुत धन्यवाद जी। लद्दा फिर कबड्डी पाउण दे वास्ते अगे वल वधदा होया नौजवान खिडारी श्रोमणी गुरद्वारा प्रबंधक कमेटी की टीम के वलों, मेजर सिंह सहेड़ी का कहिंदे सहेड़ी पिंड इत्थों दा भीमा बहुत तकड़ा खिडारी होया है, पर इधरले पासे दुगाल वाला ठंडू कोशिश करता होया पॉइंट जिहड़ा धावी का पॉइंट श्रोमणी गुरद्वारा प्रबंधक कमेटी की टीम के वास्ते जुड़ता होया। अगली रेड पाउण दे वास्ते फिर नौजवान गोली सतौज पिंड का गोली बड़ा तेज तरार खिडारी अगे वल वधदा होया, चार जाफियां दे विच गोपी है, दलजीत सिंह है, कांते दा पिंड कहिंदे शिकार माशी है, जिला गुरदासपुर दा कि जिथे इतरां दे वगदे ने चो उत्थे साडा यार वसदा, जिथे पाण भी है लंघदी खड़ो उत्थे मेरा यार वसदा। कल दा कबड्डी कप मठाडे पिंड दे विच खेडिया जाएगा, सत्ता मठाडा इंग्लैंड की खेड फैडरेशन की बहुत प्यारी शख्सियत हैं जिन्हां दे पिंड कल दा कबड्डी कप होगा, आजाद कबड्डी क्लब का सदा है, दुनिया के स्टार खेडणगे 22 तरीक घग्गे की, 23 तरीक न जोधपुर चीमा, 24 तरीक घराचो के कबड्डी कप की होगी, 25 तरीक न टौड़े के पिंड पद्धर के मैच हो गए, 1 लाख रुपया पहला प्राइज, 75,000 दूसरा प्राइज, बेस्ट रेडर जाफी मोटरसाइकिल जी। सरदार नरपाल सिंह जी बड़ेंग पटियाले तो साढ़े विचकार विशेष तौर पर पहुँच रहे हैं, उन्होंने एक्सकाउट करके लै रहे हैं क्लब के प्रधान हरविंदर सिंह जी काका, उन्होंने उन्होंने समुची टीम, सरदार नरपाल सिंह जी बड़ेंग पटियाले तो विशेष तौर पर पुज रहे हैं, जो जगतार सिंह जी तारा जी के बहुत ही सत्कारयोग मित्र ने, विशेष तौर पर अपनी टीम के नाल पुज रहे हैं, असी इतने पहुँचने भरवा स्वागत करते हैं क्लब वालों, जी हां आखते हैं, हाँ जी भाई जी। जीवन सिंह शलेटा पातड़ा वाला नौजवान फिर कबड्डी पाने के वास्ते कंता शिकार माशियां का बहुत वधिया खिडारी, इत्थों के मत्ते वर्गे प्रसिद्ध होए बलकारे वर्गे, दूसरे पासे गुरप्रीत सिंह गोपी ला मुकाबला दलजीत सिंह दे नाल इस समय चलता होया, दलजीत सिंह खाड़कू डक लैण की पूरी कोशिश करता होया, जीवन सिंह शलेडे की पहरेड़ लगा है जोर बजी है कैंची, लाओ ताड़ियां वज गईयां ने, पॉइंट जिहड़ा है इस समय रेडर के वास्ते जुड़ता होया, साडे फौजी भैणी वाले फैसला करते हुए भी पॉइंट जिहड़ा इस समय बाबा दीप सिंह कबड्डी क्लब हमीरगढ़ की टीम के वास्ते है, ट्रिपले पिंड का सोनू अगली रेड पाउण दे लई जांदा होया, उधर भेजा मोनक वाला दुगाल पिंड का ठंडू संदीप कहिंदे हमीरगढ़ का चार बुरजा वर्गे जाफी बिल्कुल तैयार ने, लो मुकाबला संदीप दे नाल इस समय हुंदा होया, एक नंगल अंबिया वाला दुनिया का महान कबड्डी खिडारी
पहली वे वर्ल्ड कबड्डी लीग का बेस्ट स्टॉपर होया है, जिस नौजवान ने जफ्या का सैकड़ा मारे है। उस खिलाड़ी की गल 2014 खेडी गई वे वर्ल्ड कबड्डी लीग न 10 करोड़ लोगों ने सोनी 6 टीवी के उत्ते देखे, PTC सोनी के नाल 15 लाख लोगों ने यूट्यूब के उत्ते वेखिया। कबड्डी का सब तो बड़ा मंच उधर मैदान के फिर इस समय गोली दी पई कबड्डी, इस समय कांता कोशिश करता हुआ नौजवान शिकार माशिया वाला गुरदासपुरिया बटाले के एरिए का खिडारी, जिस एरिए शिव कुमार बटाल भी पैदा होया, हाकी के सुरजीत सिंह वर्गे पैदा होए। हाफ समय के बाबा दीप सिंह कबड्डी क्लब के पॉइंट ने जी 18.5 ते 12 नंबर ने श्रोमणी गुरुद्वारा प्रबंधक कमेटी भाई जी 2 मिनट साढ़े विचकार चेयरमैन नरपाल सिंह जी बड़ेंग पटियाला, अवकार सिंह जी पटियाला, जिंदपाल सिंह जी राजपुरा, जगतार सिंह जी तारा, हरविंदर सिंह जी काका जी के परम मित्र उधर साढ़े विचकार पुज रहे ने। दोनों टीमों लाइन अप कर लो जी, मैं बेनती करना सतपाल माही जी नी दोनों टीमों लाइन अप कर लिया जाए। सरदार नरपाल सिंह जी बड़ेंग पटियाले तो उन्होंने अवकार सिंह जी पटियाला, जिंदपाल सिंह जी राजपुरा, जगतार सिंह जी तारा, हरविंदर सिंह जी काका उन्होंने एक्सॉर्ट करके लै कर रहे हैं। दोनों टीमों लाइन अप कर लिया जाए जी ग्राउंड के दोनों टीम उगराह भवानीगढ़ आ जाए जी। जगतार सिंह जी बिरक नाल महेश बांसल जी, जगतार जग्गी जी मालवा कबड्डी क्लब मोगा ते कप्याल दा मैच होवेगा। दोनों टीमां लाइन अप कर लो जी, दोनों टीमां लाइन अप कर लो जी। श्रोमणी गुरुद्वारा प्रबंधक कमेटी ते फतेहगढ़ साहब ते बाबा दीप सिंह कबड्डी क्लब का मैच खेडा जा रहा है। नरपाल सिंह जी बड़िंग दोनों टीमां लाइन अप कर लो जी, उन्होंने अवकार सिंह जी पटियाला, जिंदपाल सिंह जी राजपुरा, जगतार सिंह जी तारा के परम मित्र साढ़े हरविंदर सिंह जी काका जो क्लब के प्रधान ने, बहुत ही प्यारी शख्सियत वो खिडारियों के नाल जान पछाण करने के लिए लैके जा रहे हैं साढ़े अज्ज मुख मेहमान। खिडारी भीरां नूं बेनती है भी ताड़ियां मार के स्वागत किया जाए इन्हां आईआं होईआं शख्सियतां दा जो खिडारियों नूं अपना मान सत्कार देण दे लई जा रहे ने। सरदार नरपाल सिंह जी बड़िंग पटियाला, अवकार सिंह जी पटियाला, जिंदपाल सिंह जी राजपुरा और साढ़े सारे ही सत्कारयोग वीर खिडारियों नूं अपना आशीर्वाद देण दे लई पहुंचे ने। खिडारियों के नाल जाण पछाण कर रहे ने साडे बहुत ही सत्कारयोग नरपाल सिंह जी बड़िंग पटियाले तो, अवकार सिंह जी योगा पटियाले तो, जिंदपाल सिंह जी राजपुरे तो, सारे आए हुए खिडारियों के नाल जाण पछाण करते हुए अज दे इस कबड्डी कप दे उत्ते जिथे कबड्डी के बहुत तगड़े मैच खेडे जा रहे ने, उत्थे शाम नूं रंगारंग प्रोग्राम बाबे गुरदास मान ने गल करनी है। सो उधर हरविंदर सिंह जी काका, जगतार सिंह जी तारा, महेश बांसल जी खिडारियों के नाल जाण पछाण करवा रहे ने। बहुत बहुत धन्यवाद जी साढ़े प्रिस्त सराओ जी, बहुत बड़ा माण पंजाबी मां बोली का करते हुए नाल साढ़िया आईया हुई माणयोग शख्सियत है बाबा दीप सिंह कबड्डी क्लब हमीरगढ़ के खिडारियों के नाल जान पहचान करते हुए महेश बांसल जी, दलविंदर सोमा जी, प्रिस्त सराओ जी, हरविंदर सिंह काका, कुलविंदर सिंह जी साढ़े खेड प्रमोटर जो अगवाई कर रहे हैं इस कबड्डी कप की, बहुत बड़ा धन्यवाद है। सरदार इंद्रपाल सिंह जी बड़ेंग विशेष तौर पर बहुत बड़ा माण अज के कबड्डी कप में गुरव्यास सिंह जी, जगतार सिंह जी तारा, गगनदीप खंगूड़ा, राजपाल खंगूड़ा वालों 1.5 लाख रुपया दिता गया है। साढ़े कुलवंत सिंह जी सराओ क्राउन ग्रुप वालों इन्हों वालों भी 2 लाख रुपए का बहुत बड़ा माण। उत्थे साढ़े अमर सिंह जी सूच, उपेंद्र सिंह हनी के ब्रदर ने, जगजीत सिंह जी जग्गी, करमजीत सिंह करमी, मनजीत सिंह जी बेदी लहरा, रणधीर सिंह बेदी लहरा, अजायब सिंह सिद्धू जखेपल कनेडा के ट्रांटो शहर के वसनीक ने, इन्हों वालों भी बहुत व्डे माण इस कबड्डी कप के लिए दिए गए हैं। बहुत व्डा धन्यवाद है सत्कारयोग शख्सियतों का। मैदान के इस समय पहला मैच जिहड़ा क्लबों का खेडा जा रहा है, दोनों टीमों के नाल जान पहचान करते हुए साड़िया बहुत सत्कारयोग शख्सियत, गोल्डन बेली स्टूडियो कग्गा साढ़े वीर हरविंदर सिंह काका जो हाकी के कमांतरी खिडारी ने, हाकी की चिणक लाई जिन्होंने इस एरिए अज खेड कबड्डी के बड़ा जज्बा है, बड़ा प्यार मुहब्बत। सरदार निरपाल सिंह जी बड़ेंग साढ़े जगतार सिंह तारा जी के परम मित्र, विशेष तौर पर साढ़े दरम्यान हरविंदर सिंह काका होरों के वीर पुजे हुए हैं, बहुत बहुत धन्यवाद है। खिडारियों नाल जान पहचान करने तो बाद
ਮੰਚ ਵੱਲ ਪਰਤਦੀਆਂ ਹੋਈਆਂ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਮਾਹੀ ਜੀ ਇੱਕ ਮਿੰਟ ਬੀਐਮਸੀ ਕਲੱਬ ਆਪ ਜੀ ਨੂੰ ਜੀਆਂ ਆਖਦਾ ਹੈ ਸਤਪਾਲ ਖਟਿਆਲ ਜੀ ਉਸਤਾਦ ਜੀ ਇੱਕ ਮਿੰਟ ਸਾਡੇ ਜਿਨ੍ਹਾਂ ਵੀਰਾਂ ਦੀ ਡਿਊਟੀ ਲੱਗੀ ਹੋਈ ਹੈ ਜਾਲ 'ਤੇ ਉਹ ਕਿਰਪਾ ਕਰਕੇ ਗੇੜਾ ਲਾਉਣ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਹਿਜ ਸਿੰਘ ਜੀ ਨਿਆਲ ਕਰਾਉਣ ਗਰੁੱਪ ਜਿਨ੍ਹਾਂ ਨੇ 1,00,000 ਰੁਪਏ ਦੀ ਵੱਡੀ ਮਾਲੀ ਮਦਦ ਸਾਡੇ ਕਲੱਬ ਨੂੰ ਦਿੱਤੀ ਹੈ ਪਿਸਤ ਸਰਾਓ ਜੀ ਕੋਠੇ 51,000 ਰੁਪਇਆ ਪਸ਼ਵਿੰਦਰ ਸਿੰਘ ਜੀ ਲੈਂਡਮਾਰਕ ਬੈਂਕ ਮੈਨੇਜਰ 15,000 ਰੁਪਇਆ ਨਰਿੰਦਰ ਸਿੰਘ ਜੀ ਨਿੰਦੀ ਜਗਮੀਤ ਸਿੰਘ ਜੀ ਜੱਗੀ ਮੱਖਣ ਗੁਪਤਾ ਜੀ ਜਗਤਾਰ ਸਿੰਘ ਜੀ ਅੰਗਰੇਜ਼ ਸਿੰਘ ਜੀ ਵਿਰਕ ਇਹਨਾਂ ਵੱਲੋਂ ਵੀ 1,00,000 ਰੁਪਇਆ ਬਲੌਰ ਸਿੰਘ ਜੀ ਇਹਨਾਂ ਵੱਲੋਂ 21,000 ਰੁਪਇਆ ਗੁਰਦੇਵ ਸਿੰਘ ਜੀ FSI ਲਿਬੜਾ 11,000 ਰੁਪਇਆ ਔਰ ਸੋਨੀ ਸੈਣੀ ਜੀ ਵੱਲੋਂ 51,000 ਰੁਪਇਆ ਕੁਲਵੰਤ ਸਿੰਘ ਜੀ ਸਰਾਓ ਇਹਨਾਂ ਵੱਲੋਂ 1,00,000 ਰੁਪਇਆ ਨੀਰਜ ਗਰਗ ਜੀ ਲਹਿਰਾ ਇਹਨਾਂ ਵੱਲੋਂ 31,000 ਰੁਪਇਆ ਪ੍ਰਿਥੀ ਲਹਿਰਾ ਜੀ ਵੱਲੋਂ 25,000 ਰੁਪਇਆ ਰਾਜੂ ਕੋਟੜਾ ਦੇ ਸੰਜੀਵ ਜੀ ਵੱਲੋਂ 21,000 ਰੁਪਇਆ ਅਪੂਗਰ ਚਾ ਲੁਧਿਆਣਾ ਜੀ ਵੱਲੋਂ 21,000 ਰੁਪਇਆ ਗੁਰਤੇਜ ਸਿੰਘ ਜੀ ਵੀਰੋਗੇ ਦੇ ਇਹਨਾਂ ਵੱਲੋਂ 11,000 ਰੁਪਏ ਦਿੱਤਾ ਗਿਆ ਸਾਡੇ ਕਲੱਬ ਨੂੰ ਹਾਂਜੀ ਮਾਹੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾਨੀ ਸੱਜਣਾਂ ਦਾ ਲਓ ਮੈਦਾਨ ਦੇ ਵਿੱਚ ਖੇਡ ਦੀ ਸ਼ੁਰੂਆਤ ਹੁੰਦੀ ਹੋਈ ਲੱਦੇ ਦੀ ਪਈ ਕਬੱਡੀ ਦੇ ਸੰਦੀਪ ਸਿੰਘ ਹਮੀਰਗੜ੍ਹ ਦਾ ਨੌਜਵਾਨ ਮੂਨਕ ਦਾ ਏਰੀਆ ਹੈ ਗੁਲਜਾਲ ਵਰਗੇ ਕਬੱਡੀ ਦੇ ਮਹਾਨ ਖਿਡਾਰੀ ਪੈਦਾ ਕੀਤੇ ਨੇ ਲਓ ਸੰਦੀਪ ਜੱਫਾ ਲਾ ਕੇ ਅੰਕ ਦਾ ਵਾਧਾ ਕਰਦਾ ਹੋਇਆ ਮਨੀ ਧੂੜ ਜੀ ਦੱਸਣਗੇ ਵੀ ਅਗਲਾ ਮੈਚ ਕਿਹਦਾ ਕਰਵਾਉਣਾ ਜੀ 75 ਕਿਲੋ ਦਾ ਭਵਾਨੀਗੜ੍ਹ ਅਤੇ ਉਗਰਾਹਾਂ ਦੀਆਂ ਟੀਮਾਂ 75 ਕਿਲੋ ਭਾਰ ਦੀਆਂ ਖੇਡ ਗਰਾਊਂਡ ਦੇ ਵਿੱਚ ਪੁੱਜੀਆਂ ਹਨ 75 ਕਿਲੋ ਭਾਰ ਦਾ ਜਿਹੜਾ ਮੈਚ ਖੇਡਿਆ ਜਾਵੇਗਾ ਉਗਰਾਹਾਂ ਵਰਸ 'ਚ ਭਵਾਨੀਗੜ੍ਹ ਉਸ ਤੋਂ ਬਾਅਦ ਕਪਿਆਲ ਅਤੇ ਮਾਲਵਾ ਕਬੱਡੀ ਕਲੱਬ ਮੋਗੇ ਦਾ ਮੈਚ ਹੋਵੇਗਾ ਕਲੱਬਾਂ ਦਾ ਇਹ ਵੀ ਖਿਡਾਰੀ ਵੀਰ ਤਿਆਰ ਵਰ ਤਿਆਰ ਹੋ ਜਾਣ ਲਓ ਸਾਹਮਣੇ ਇਸ ਸਮੇਂ ਛਲੇਡੇ ਦੀ ਪਈ ਕਬੱਡੀ ਜੀਵਨ ਸਿੰਘ ਬਹੁਤ ਵਧੀਆ ਖਿਡਾਰੀ ਦੂਸਰੇ ਪਾਸੇ ਗੁਰਦਾਸਪੁਰੀਆ ਇੱਕ ਮਿੰਟ ਮਾਝੇ ਦੀ ਧਰਤੀ ਦਾ ਨੌਜਵਾਨ ਕੁਲਵੰਤ ਸਿੰਘ ਕੰਤਾ ਉਧਰ ਸਾਡੇ ਵੀਰ ਮੈਚ ਲਾਉਣ ਦੀ ਰਸਮ ਅਦਾ ਕਰ ਰਹੇ ਨੇ ਸਰਦਾਰ ਨਰਪਾਲ ਸਿੰਘ ਜੀ ਬੜਿੰਗ ਪਟਿਆਲਾ ਅਕਬਰ ਅਕਬਾਰ ਸਿੰਘ ਜੀ ਜੋਗਾ ਪਟਿਆਲਾ ਜਿੰਦਪਾਲ ਸਿੰਘ ਜੀ ਗੁਜਰਾ ਰਾਜਪੁਰਾ ਉਹਨਾਂ ਨੂੰ ਬੈਚ ਲਾਉਣ ਦੀ ਰਸਮ ਅਦਾ ਕਰ ਰਹੇ ਨੇ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਡੇ ਵੀਰ ਜਿੰਦੂ ਪਟਿਆਲਾ ਜੀ ਉਹ ਬੈਚ ਲਾਉਣ ਦੀ ਰਸਮ ਅਦਾ ਕਰ ਰਹੇ ਜਗਤਾਰ ਸਿੰਘ ਜੀ ਤਾਰਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਸਾਰੇ ਆਏ ਹੋਏ ਮਹਿਮਾਨਾਂ ਦਾ ਉਹਨਾਂ ਸਾਰੇ ਯਾਦਗਰੀ ਪਲਾਂ ਨੂੰ ਆਪਣੇ ਕੈਮਰੇ ਦੇ ਵਿੱਚ ਬੰਦ ਕਰ ਰਹੇ ਨੇ ਸਾਡੇ ਵੀਰ ਲਓ ਇਧਰਲੇ ਪਾਸੇ ਸੋਨੂੰ ਟਰਪੱਲੇ ਦੀ ਪਈ ਹੋਈ ਰੇੜ ਦੇ ਉੱਤੇ ਜੱਫਾ ਲੱਗਦਾ ਹੋਇਆ ਬਾਬਾ ਦੀਪ ਸਿੰਘ ਕਬੱਡੀ ਕਲੱਬ ਹਮੀਰਗੜ੍ਹ ਦੇ ਵਾਸਤੇ ਅੰਕ ਦਾ ਵਾਧਾ ਕਰਦਾ ਹੋਇਆ ਇਹ ਨੌਜਵਾਨ ਖਿਡਾਰੀ ਨਾਮਾ ਅਗਲੀ ਰੇੜ ਪਾਉਣ ਦੇ ਲਈ ਜਾਂਦਾ ਹੋਇਆ ਨੌਜਵਾਨ ਹਮੀਰਗੜ੍ਹ ਦੀ ਟੀਮ ਦੇ ਵੱਲੋਂ ਕਿ ਅਣਖੀਲੇ ਅਤੇ ਜੋਸ਼ੀਲੇ ਖੇਡਣ ਖੇਡ ਕਬੱਡੀ ਦੀ ਇੱਕ ਜੋਰ ਦੇ ਨਾਲ ਮੈਦਾਨੀ ਪੂਰੀਆਂ ਪਾਉਂਦੇ ਨੇ ਰਾਜੇ ਖੇਲੇ ਗਰਮ ਖੂਨ ਹੈ ਚੜ੍ਹਦੀਆਂ ਉਮਰਾਂ ਦਾ ਗੱਭਰੂ ਪੁੱਤ ਮਾਪਿਆਂ ਦੇ ਨਾਂ ਚਮਕਾਉਂਦੇ ਨੇ ਗੱਭਰੂ ਪੁੱਤ ਮਾਪਿਆਂ ਦੇ ਨਾਂ ਚਮਕਾਉਂਦੇ ਨੇ ਨਾਂ ਚਮਕਾਉਣ ਵਾਲੇ ਖਿਡਾਰੀ ਨਾਮਾ ਬਹੁਤ ਵਧੀਆ ਪਰ ਉਧਰਲੇ ਪਾਸੇ ਮਾਂ ਪਰ ਪੂਤ ਪਿਤਾ ਪਰ ਘੋੜਾ ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ ਮੰਡੀਆਂ ਵਾਲੇ ਜੱਸੇ ਦਾ ਪੁੱਤਰ ਹੈ ਇਹ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਜਿਸ ਨੇ ਦੂਜਾ ਜੱਫਾ ਲਾ ਕੇ ਅੰਕ ਦਾ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਲਈ ਸੋਨੂੰ ਟਰਪੱਲਾ ਅਗਲੀ ਰੇਡ ਪਾਉਣ ਦੇ ਲਈ ਫਿਰ ਨੌਜਵਾਨ ਸਿੰਘ ਸਰਦਾਰ ਤੇਜ ਤਰ ਖਿਡਾਰੀ ਇਸ ਸਮੇਂ ਅੱਗੇ ਵੱਲ ਵੱਧਦਾ ਹੋਇਆ ਚਾਰ ਜਾਫੀ ਮੈਦਾਨ ਦੇ ਵਿੱਚ ਉਧਰਲੇ ਪਾਸੇ ਹਮੀਰਗੜ੍ਹ ਦੀ ਟੀਮ ਦੇ ਲਓ ਸਾਹਮਣੇ ਆਪਾਂ ਵੇਖਦੇ ਵੱਧ ਕੇ ਕੀਤੀ ਹੋਈ ਕੋਸ਼ਿਸ਼ ਫੜਿਆ ਹੋਇਆ ਗਿੱਟਾ ਦਾਰਾ ਬੱਲਰੇ ਪਿੰਡ ਦਾ ਬਹੁਤ ਵਧੀਆ ਖਿਡਾਰੀ ਇਹ ਹੈ ਨੌਜਵਾਨ ਬੱਲਰਿਆਂ ਵਾਲਾ ਦਾਰਾ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਪੁਆਇੰਟ ਜਿਹੜਾ ਜਾਫੀ ਦੇ ਲਈ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੇ ਵਾਸਤੇ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਗੋਲੀ ਨੌਜਵਾਨ ਸਤਾਜ ਪਿੰਡ ਦਾ ਇਸ ਸਮੇਂ ਅੱਗੇ ਵੱਲ ਵੱਧਦਾ ਹੋਇਆ ਬਹੁਤ ਵਧੀਆ ਖਿਡਾਰੀ ਗੋਲੀ ਦੀ ਪਈ ਕਬੱਡੀ ਗੁਰਪ੍ਰੀਤ ਸਿੰਘ ਗੋਪੀ ਮੰਡੀਆਂ ਵਾਲਾ ਫਿਰ ਕੋਸ਼ਿਸ਼ ਕਰਦਾ ਹੋਇਆ ਲਓ ਵੱਖ ਵੱਖ ਦਾਅ ਅਪਣਾਉਂਦਾ ਹੋਇਆ ਫੜਿਆ ਹੋਇਆ ਗਿੱਟਾ ਮੁੰਡਾ ਹੱਥੋਂ ਤਿਲਕਦਾ ਜਾ ਰਿਹਾ ਹੈ ਨੰਬਰ ਜਿਹੜਾ ਗੋਲੀ ਦੇ ਵਾਸਤੇ ਹੈ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੇ ਲਈ ਜੁੜਦਾ ਹੋਇਆ ਕਬੱਡੀ 365.com ਪੂਰੀ ਦੁਨੀਆ ਦੇ ਵਿੱਚ ਲਾਈਵ ਕਰਦਾ ਹੋਇਆ ਅੱਜ ਦੇ ਕਬੱਡੀ ਕੱਪ ਨੂੰ ਉਧਰ ਮਲੇਰਕੋਟਲੇ ਦੇ ਕਬੱਡੀ ਕੱਪ ਅਤੇ ਕੈਨੇਡਾ ਦੀ ਅਬਸੌਰ ਕਬੱਡੀ ਕਲੱਬ ਵੱਲੋਂ ਬਬਲ ਸੰਗਰੂਰ ਲੱਭੀ ਨੰਗਲ ਗੁਰਜੀਤ ਮਾਂਗੜ ਸੀਤਾ ਤਖਾਣਵਦ ਬਲਰਾਜ ਸੰਘੇ ਹੋਰਾਂ ਵੱਲੋਂ ਕਬੱਡੀ 365.com ਦਾ ਅੱਜ 3,00,000 ਰੁਪਏ ਦੇ ਕੈਮਰੇ ਦੇ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾ ਰਿਹਾ ਹੈ ਇਸ ਵੈਬਸਾਈਟ ਨੂੰ ਬਹੁਤ ਵੱਡੇ ਮਾਣ ਦਿੱਤੇ ਜਾ ਰਹੇ ਨੇ ਜਿਹਨੇ ਸਾਡੀ ਖੇਡ ਕਬੱਡੀ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਇਆ ਹੈ ਲਓ ਨਾਮਾ ਫਿਰ ਨੌਜਵਾਨ ਹਮੀਰਗੜ੍ਹੀ ਅਗਲੀ ਰੇਡ ਪਾਉਣ ਦੇ ਵਾਸਤੇ ਅੱਗੇ ਵੱਲ ਵੱਧਦਾ ਹੋਇਆ ਗੁੰਦਵਾ ਸਰੀਰ ਹੈ ਚੜ੍ਹੀ ਜਵਾਨੀ ਨੌਜਵਾਨ 'ਤੇ ਮਾਰੀ ਥਾਪੀ ਚਾਰ ਜਾਫੀਆਂ ਨੂੰ ਲਲਕਾਰਦਾ ਹੋਇਆ ਵਿਗਾੜਦਾ ਹੋਇਆ ਅੱਗੇ ਵੱਲ ਵੱਧਦਾ ਹੋਇਆ ਇਹ ਨੌਜਵਾਨ ਖਿਡਾਰੀ ਹੁਣ ਵੇਖਾਂਗੇ ਕਿਹੜਾ ਜਾਫੀ ਕੋਸ਼ਿਸ਼ ਕਰੇਗਾ ਇੱਕ ਪਾਸੇ ਗੁਰਦਾਸਪੁਰੀਆ ਕਿ ਜਿਹਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ ਜਿਹਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ ਕਲਾਨੌਰ ਦੇ ਏਰੀਏ ਦਾ ਖਿਡਾਰੀ ਦਾ ਪੁਆਇੰਟ ਜਿਹੜਾ ਇਸ ਸਮੇਂ ਨਾਮੇ ਦਾ ਦੂਸਰੇ ਪਾਸੇ ਦਲਜੀਤ ਸਿੰਘ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਪੁਆਇੰਟ ਜਿਹੜਾ ਨਾਮਾ ਹਮੀਰਗੜ੍ਹੀਆ ਲੈ ਕੇ ਵਾਪਸ ਆਉਂਦਾ ਹੋਇਆ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਨੌਜਵਾਨ ਜੱਜ ਕਿ ਜੱਜ ਮੂਹਰੇ ਮੁੱਕਰੀ ਨਾ
ਮੁੱਲ ਪਿਆਰ ਦਾ ਮੋੜ ਦਿਓ ਜੱਟ ਨਹੀਂ ਉਧਰਲੇ ਪਾਸੇ ਕਹਿੰਦੇ ਸ਼ੇਰ ਸਿੰਘ ਚੱਠੇ ਦਾ ਪੁੱਤਰ ਇਹ ਨੌਜਵਾਨ ਭੇਜਿਆ ਕਿ ਆਪਣੇ ਦੰਦ ਚੀਨ ਦੀ ਕੰਧ ਵਰਗੀ ਮਜ਼ਬੂਤੀ ਨਾ ਜੇ ਪੈ ਜੇ ਪੁੱਠੀ ਕੈਂਚੀ ਤੇ ਗੱਲ ਕਸੂਤੀ ਨਾ ਫਿਰ ਗੱਲ ਕਸੂਤੀ ਨਾ ਉਧਰ ਸਰਦਾਰ ਰਣਧੀਰ ਸਿੰਘ ਜੀ ਕਲੇਰ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਸਾਡੀ ਜ਼ਿੰਦਗੀ ਦੇ ਪਰਮ ਮਿੱਤਰ ਨੇ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਸੈੱਲ ਸੰਗਰੂਰ ਦੇ ਪ੍ਰਧਾਨ ਨੇ ਰਣਧੀਰ ਸਿੰਘ ਕਲੇਰ ਹੋਰੀ ਵੀ ਪੁੱਜ ਗਏ ਨੇ ਬਹੁਤ ਬਹੁਤ ਧੰਨਵਾਦ ਹੈ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਪ੍ਰਿਸਤ ਸਰਾਓ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀ ਬੋਲੀ ਦਾ ਬਹੁਤ ਵੱਡਾ ਮਾਣ ਕੀਤਾ ਹੈ ਪਰ ਆਹ ਨੌਜਵਾਨ ਜੱਸੇ ਦਾ ਪੁੱਤਰ ਕਹਿੰਦਾ ਵੀ ਮੈਂ ਲੱਗੇ ਹੋਏ ਜੱਫੇ ਦਾ ਜਵਾਬ ਦੇਵਾਂਗਾ ਇਹ ਨੌਜਵਾਨ ਕਹਿੰਦੇ ਗੁਰਮੀਤ ਦਾ ਵੀਰ ਹੈ ਤਿੰਨ ਭਰਾ ਕਬੱਡੀ ਖੇਡਦੇ ਨੇ ਦੋ ਜਾਫੀ ਨੇ ਇੱਕ ਰੇਡਰ ਹੈ ਫਲੈਂਕ ਸਿੱਖ ਦਾ ਖਿਤਾਬ ਮਿਲਿਆ ਜਿਸ ਨੌਜਵਾਨ ਨੂੰ ਟਰਾਂਟੋ ਦੇ ਵਰਲਡ ਕੱਪ ਦੇ ਵਿੱਚ ਖੇਡਦੇ ਹਾਂ ਲਓ ਉਧਰਲੇ ਪਾਸੇ ਦਾਰਾ ਬੱਲਰਿਆਂ ਵਾਲਾ ਫਿਰ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਪੁਆਇੰਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਵਾਸਤੇ ਜੁੜਦਾ ਹੋਇਆ ਕਿ ਇਸ ਪੰਜਾਬ ਨੇ ਨਲੂਏ ਨੂੰ ਜਨਮ ਦਿੱਤਾ ਹੈ ਅੱਗ ਵਾਂਗ ਹਰੀ ਸਿੰਘ ਭਮਕਦਾ ਸੀ ਤੁਰ ਗਿਆ ਜਦੋਂ ਸੂਰਾ ਜਹਾਨ ਉੱਤੋਂ ਕਸ਼ਹਿਰਾ ਕਿੱਲੀ ਤੇ ਟੰਗਿਆ ਲਮਕਦਾ ਸੀ ਮਰੇ ਪਏ ਸੂਰਮੇ ਦੀ ਲੋਸ ਕੋਲੋ ਖਰਾ ਦੈਬਰ ਵੀ ਪੂਰਾ ਦਮਕਦਾ ਸੀ ਜਹਾਨ ਯਾਰਾ ਕਾਬਲ ਕੰਧਾਰ ਤੀਕਰ ਸਿੱਖ ਰਾਜ ਦਾ ਸੂਰਜ ਚਮਕਦਾ ਸੀ ਸਿੱਖ ਰਾਜ ਦਾ ਸੂਰਜ ਚਮਕਦਾ ਸੀ ਇਸ ਪੰਜਾਬ ਨੇ ਨਲੂਏ ਨੂੰ ਜਨਮ ਦਿੱਤਾ ਹੈ ਜਿਸ ਪੰਜਾਬ ਨੇ ਨਲੂਏ ਨੂੰ ਜਨਮ ਦਿੱਤਾ ਹੈ ਉਸ ਕੌਮ ਦੇ ਇਹ ਨੌਜਵਾਨ ਖਿਡਾਰੀ ਪੰਜਾਬੀ ਕੌਮ ਦੇ ਖਿਡਾਰੀ ਇੱਕ ਪਾਸੇ ਸਿੱਖੀ ਸਰੂਪ ਦੇ ਵਿੱਚ ਸਜੀ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਜੀ ਸਾਡੇ ਵਿਚਕਾਰ ਸਰਦਾਰ ਵਰਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਦਰਸ਼ਨ ਸਿੰਘ ਜੀ ਕੈਨੇਡਾ ਮੱਲ ਸਿੰਘ ਵਾਲਾ ਪਿੰਡ ਬਲਾਡੇ ਦੇ ਕੋਲ ਸਾਡੇ ਵਿਚਕਾਰ ਥੋੜੇ ਸਮੇਂ ਬਾਅਦ ਪਹੁੰਚਣਗੇ ਸਰਦਾਰ ਵਰਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਦਰਸ਼ਨ ਸਿੰਘ ਜੀ ਕੈਨੇਡਾ ਥੋੜੇ ਸਮੇਂ ਬਾਅਦ ਪਹੁੰਚਣਗੇ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਆਖਦੇ ਹਾਂ ਦੇਸ਼ ਵਿਦੇਸ਼ ਤੋਂ ਖੇਡ ਪ੍ਰਮੋਟਰ ਖੇਡ ਪ੍ਰੇਮੀ ਹੈਲੋ ਅੱਜ BMC ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ 11ਵੇਂ ਕਬੱਡੀ ਕੱਪ ਦੇ ਉੱਤੇ ਪੁੱਜ ਰਹੇ ਨੇ ਚੇਅਰਮੈਨ ਨਿਰਪਾਲ ਸਿੰਘ ਜੀ ਬੜਿੰਗ ਪਟਿਆਲਾ ਕੋਪਰੇਟ ਸੋਸਾਇਟੀ ਦੇ ਚੇਅਰਮੈਨ ਹੈ ਜੋ ਉਹਨਾਂ ਵੱਲੋਂ ਦੋਨਾਂ ਟੀਮਾਂ ਨੂੰ 500 ਰੁਪਏ ਦਾ ਇਨਾਮ ਹੈ ਜੀ ਸਾਡੇ ਸਹਿਯੋਗੀ ਸੱਜਣ ਮਾਨ ਸਨਮਾਨਯੋਗ ਸ਼ਖਸੀਅਤਾਂ ਨਿਰਪਾਲ ਸਿੰਘ ਜੀ ਬੜਿੰਗ ਕੋਪਰੇਟ ਚੇਅਰਮੈਨ ਪਟਿਆਲਾ ਦੋਨਾਂ ਟੀਮਾਂ ਲਈ 500 ਰੁਪਏ ਦਾ ਇਨਾਮ ਹੈ ਬਹੁਤ ਬਹੁਤ ਧੰਨਵਾਦ ਜੀ ਗਰਾਊਂਡ ਤੋਂ ਸਾਡੇ ਵੀਰ ਮਾਹੀ ਜੀ ਸਰਦਾਰ ਦਰਸ਼ਨ ਸਿੰਘ ਜੀ ਕੈਨੇਡਾ ਸਾਡੇ ਸਹਿਯੋਗੀ ਸੱਜਣ ਕੈਨੇਡਾ ਤੋਂ ਸਰਦਾਰ ਦਰਸ਼ਨ ਸਿੰਘ ਜੀ ਕੈਨੇਡਾ ਵਾਲੇ ਜੋ ਸਾਡੇ ਦਰਮਿਆਨ ਨੇ ਅਸੀਂ ਸਾਡੇ BMC ਕਲੱਬ ਛਾਜਲੀ ਵੱਲੋਂ ਉਹਨਾਂ ਨੂੰ ਮੋਸਟ ਵੈਲਕਮ ਆਖਦੇ ਹਾਂ ਸਾਡੇ ਕਲੱਬ ਦੇ ਪ੍ਰਧਾਨ ਸਾਹਿਬਾਨ ਸਰਦਾਰ ਹਰਵਿੰਦਰ ਸਿੰਘ ਜੀ ਕਾਕਾ ਉਹਨਾਂ ਦੀ ਸਮੁੱਚੀ ਟੀਮ ਖੇਡ ਪ੍ਰਮੋਟਰ ਬਾਈ ਕੁਲਵਿੰਦਰ ਸਿੰਘ ਜੀ ਮਹੇਸ਼ ਕੁਮਾਰ ਜੀ ਬੰਸਲ ਸਾਰੀਆਂ ਹੀ ਸਾਡੇ ਪਿੰਡ ਵਾਸੀਆਂ ਵੱਲੋਂ BMC ਕਲੱਬ ਛਾਜਲੀ ਵੱਲੋਂ ਸਰਦਾਰ ਦਰਸ਼ਨ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਨੂੰ ਮੋਸਟ ਵੈਲਕਮ ਜੀ ਆਇਆਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਵਰਿੰਦਰ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਦਰਸ਼ਨ ਸਿੰਘ ਜੀ ਕੈਨੇਡਾ ਜਿਨ੍ਹਾਂ ਦਾ ਮੱਲ ਸਿੰਘ ਵਾਲਾ ਪਿੰਡ ਹੈ ਬਲਾਡੇ ਦੇ ਲਾਗੇ ਸਾਡੇ ਵਿਚਕਾਰ ਪਹੁੰਚੇ ਨੇ ਆਪਣੀ ਸਮੁੱਚੀ ਟੀਮ ਦੇ ਨਾਲ ਅਸੀਂ ਜੀਆਂ ਆਖਦੇ ਹਾਂ ਸਰਦਾਰ ਵਰਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਦਰਸ਼ਨ ਸਿੰਘ ਜੀ ਕੈਨੇਡਾ ਜੋ ਮੱਲ ਸਿੰਘ ਵਾਲਾ ਪਿੰਡ ਤੋਂ ਬਲਾਡੇ ਤੋਂ ਲਾਗੇ ਸਾਡੇ ਵਿਚਕਾਰ ਪੁੱਜੇ ਨੇ ਅਸੀਂ ਸਰਦਾਰ ਹਰਵਿੰਦਰ ਸਿੰਘ ਜੀ ਕਾਕਾ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇੱਥੇ ਪਹੁੰਚਣ 'ਤੇ ਜੀਆਂ ਆਖਦੇ ਹਾਂ ਸਵਾਗਤ ਕਰਦੇ ਹਾਂ ਹਾਂਜੀ ਕੈਰੀ ਆਉਣ ਜੀ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਜਿਹੜਾ ਪਹਿਲਾ ਮੈਚ ਅੱਜ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਹੈ ਇਸ ਸਮੇਂ ਨੌਜਵਾਨ ਲੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਖਿਡਾਰੀ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਜੀਵਨ ਸਿੰਘ ਛਲੇਡਾ ਪਾਤੜਾਂ ਵਾਲਾ ਜਿੱਥੋਂ ਦਾ ਚਰਨਾ ਪਟਵਾਰੀ ਘੱਗਿਆਂ ਦੀ ਟੀਮ ਦੇ ਵਾਸਤੇ ਕਬੱਡੀ ਖੇਡਿਆ ਹੈ ਪਹਿਲੇ ਹੋਰਾਂ ਦੇ ਨਾਲ ਕਹਿੰਦੇ ਬਹੁਤ ਤਕੜੀ ਖੇਡ ਖੇਡੀ ਇਸ ਸਮੇਂ ਜੀਵਨ ਸਿੰਘ ਛਲੇਡੇ ਦੀ ਪਹਿਰੇਡ ਚਾਰ ਜਾਫੀ ਪਿੱਛੇ ਅੜਦੇ ਜਾ ਰਹੇ ਨੇ ਮੇਜਰ ਸਹੇੜੀ ਹਲਕੀ ਹਲਕੀ ਕੋਚਿੰਗ ਦਿੰਦਾ ਹੋਇਆ ਲਓ ਗੁਰਦਾਸਪੁਰ ਜਾਂ ਕੰਤਾ ਫਿਰ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਡੱਕ ਲੈਣ ਦੀ ਸ਼ਿਕਾਰ ਮਾਸ਼ੀਆਂ ਵਾਲਾ ਪੁਆਇੰਟ ਜਿਹੜਾ ਜੀਵਨ ਸਿੰਘ ਛਲੇਡੇ ਦਾ ਪੁਆਇੰਟ ਧਾਵੀ ਦੇ ਵਾਸਤੇ ਜੁੜਦਾ ਹੋਇਆ ਜੇ ਖੇਡ ਵਧੀਆ ਲੱਗ ਰਹੀ ਹੈ ਤਾੜੀ ਮਾਰ ਦੇ ਇੱਕ ਵਾਰੀ ਦਰਸ਼ਕ ਵੀਰੋ ਹੈਲੋ ਦੋਨੋਂ ਟੀਮਾਂ ਦੇ ਨਾਂ ਤੇ ਬਹੁਤ ਬਹੁਤ ਧੰਨਵਾਦ ਪੂਰੇ ਇਲਾਕੇ ਭਰ ਦੇ ਆਏ ਹੋਏ ਖੇਡ ਪ੍ਰੇਮੀਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਏ ਆਖਦੇ ਆ ਜੀ ਹੈਲੋ ਸਾਡੇ ਦਰਮਿਆਨ ਸਾਡੇ ਬਹੁਤ ਹੀ ਹਰਮਨ ਪਿਆਰੇ ਦਰਸ਼ਨ ਸਿੰਘ ਜੀ ਕੈਨੇਡਾ ਤੋਂ ਜਿਨ੍ਹਾਂ ਦਾ ਪਿੰਡ ਮੱਲ ਸਿੰਘ ਵਾਲਾ ਅਤੇ ਨਿਰਪਾਲ ਸਿੰਘ ਬੜਿੰਗ ਜੀ ਪਟਿਆਲੇ ਤੋਂ ਸਾਡੇ ਵਿਚਕਾਰ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ 'ਤੇ ਜੀਆਂ ਆਖਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਕੇ ਸਾਡੇ ਇਸ ਟੂਰਨਾਮੈਂਟ ਦੀ ਸ਼ਾਨ ਵਧਾਈ ਹੈ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਸਾਡੇ NRI ਵੀਰ ਪੁੱਜੇ ਨੇ
बहुत बहुत स्वागत है कि तुम वसते रहो पंजाबी हो तुहाडे नाल बसे पंजाब तुसी महक वांगरा खिंड के पिछे छड़िया छड गुलाब जिन्हें गलिया दे विच बीतिया तुहाडा बचपन रखियो याद जे हथ भी तुसी झाड़ दो ओ सत्था रहण आवाद तुसी वसते रहो पंजाबी हो तुहाडे नाल बसे पंजाब पंजाब बसा साडे परदेसी भारतीयों दे नाल जिन्हां ने अपनी खेड नूं अपने सभ्याचार नूं बहुत वड्डे हुलारे दित्ते ने लो लद्दे दी फिर कबड्डी मैदान दे विच पैंदी हुई नौजवान श्रोमणी गुरुद्वारा प्रबंधक कमेटी की टीम का खिलाड़ी चार जाफी उधरले पासे हमीरगढ़ दे इस समय मुकाबला करते हुए परनैव सिंह डैनी का हुक्म चलता पंजाब के खेड मेलों के उत्ते नंबर जिहड़ा टैक्निकल तौर पर रेडर के वास्ते जुड़ गया है श्रोमणी गुरुद्वारा प्रबंधक कमेटी फतेहगढ़ साहब की टीम के लिए अंक का वाधा करता हुआ उर्दू फारसी के शायर यार योगी अल्लाह खान ने लिखा है कि एक हिंद में तीर्थ है यात्रा के लिए कटाए बाप ने बच्चे जहाँ खुदा के लिए एक हिंद में तीर्थ है यात्रा के लिए कटाए बाप ने बच्चे जहाँ खुदा के लिए बहुत वड्डी मेहर है गुरु गोबिंद सिंह जी महाराज की कौम पंजाबी कौम की खेड कबड्डी इस समय शिखर के उत्ते पुजी हुई है लो सामने इस समय आप फिर वेखदे भी नौजवान कोशिश करता हुआ डक लैण की लगा है जोर फस गई जान कड़की अंदर यूं बेलन विच गन्ना दर्शक ताड़ियाँ मारते हुए नंबर जिहड़ा इस समय आप वेखदे भी जाफी के वास्ते जुड़ता हुआ आखिरी पलों के आके मैच पूरा फस चुका है क्योंकि पहले हाफ के आपने वेखिया है भी बाबा दीप सिंह कबड्डी क्लब हमीरगढ़ की टीम जी काफ़ी नंबर के नाल लीड कर रही थी दूसरे आ हाफ के श्रोमणी गुरद्वारा प्रबंधक कमेटी की टीम ने अपनी खेड को संभालिया लो सिंघा दा टक्कर एक पासे चट्ठे परिवार का अमृतपाल का भीर ए नौजवान भेजा मोनक वाला बड़ा खतरनाक जाफी साड़ी खेड कबड्डी का दूसरे पासे कहिंदे राजा औलखां दा वाह नौजवान पॉइंट जिहड़ा भेजे दा यह नौजवान भेजा मोनक वाला जिथों का गुलजार जिथों का संदीप पलवान बूंदी वर्गे प्रसिद्ध खिडारी इस खेड कबड्डी नूं मिले ने लो अगली रेड फिर नौजवान अमनदीप सिंह धालीवाल परिवार का हैलो साढ़े दरम्यान बिट्टू जी दिड़बे तो विशेष तौर पर पहुँचे ने असी उन्हों का इतने पहुँचने जी आया आखते हैं धन्यवाद करते हैं तो नाल ही रणधीर सिंह जी कैंपर प्रधान किसान मोर्चा भारतीय जनता पार्टी पंजाब सो तो नाल ही दर्शन सिंह जी कनेडा मल सिंह वाला नरपाल सिंह जी बड़िंग चेयरमैन कोऑपरेट बैंक पटियाला इन्हों का भी असी इतने पहुँचने जी आया आखते हैं तो नाल ही मैं साढ़े थाने दे मुखी सरदार बलवंत सिंह जी होरां दा फिर एक बार विशेष तौर पर धन्यवाद करदा जिन्होंने कल तो लैके एक महीने की सख्त मेहनत उन्हां दी रंग दिखा रहे हैं जिन्होंने इस प्रबंध नूं बहुत वाह नौजवान संदीप दे लई ताड़ी मार दो एक बारी बहुत ही वधिया प्लानिंग दे नाल इह सारी कंट्रोल कीता है सो साडे कोल रणधीर सिंह जी